ਗੁਰਦੇਵ ਸਿੰਘ ਰੂਪਾਣਾ ਦੀ ਕਹਾਣੀ ਹੈ ਸ਼ੀਸ਼ਾ ਉਹ ਪਤਲਾ ਤੰਦਰੁਸਤ ਸਰੀਰ ਵਾਲਾ 26 25 ਸਾਲ ਦਾ ਜਵਾਨ ਸੀ ਚਿਹਰੇ ਦਾ ਰੰਗ ਤਾਂਬੇ ਵਰਗਾ ਜਿਸ ਕਰਕੇ ਹੋਰ ਵੀ ਸੇਤਮੰਦ ਲੱਗਦਾ ਸੀ ਨਾਂ ਸੀ ਦਾਨੀ ਤੇ ਪੈरिस ਦਾ ਰਹਿਣ ਵਾਲਾ ਸੀ ਸਾਹਿਦ ਦਾ ਵਿਦਿਆਰਥੀ 20ਵੀਂ ਸਦੀ ਦਾ ਪੰਜਾਬੀ ਸਾਹਿਦ ਦਾ ਵਿਸ਼ਾ ਲੈ ਕੇ ਪੀ ਐਚ ਡੀ ਕਰ ਰਿਹਾ ਸੀ ਦਿੱਲੀ ਰਹਿ ਕੇ ਪੁਸਤਕਾਂ ਇਕੱਠੀਆਂ ਕਰਦਾ ਤੇ ਦਿੱਲੀ ਚ ਰਹਿੰਦੇ ਪੰਜਾਬੀ ਲੇਖਕਾਂ ਨੂੰ ਮਿਲਦਾ ਮੇਰੇ ਨਾਲ ਮੁਲਾਕਾਤ ਵੀ ਇਸੇ سلسلے ਚ ਹੋਈ ਕਮਲ ਤੇ ਗੁਰਦਿਆਲ ਸਿੰਘ ਦੇ ਨੋਵਲ ਪੜਦਿਆਂ ਉਹਨੂੰ ਬਹੁਤ ਸਾਰੇ ਮਲਵਈ ਸ਼ਬਦਾਂ ਦੇ ਅਰਥ ਸਮਝ ਨਾਉਂਦੇ ਕਿਸੇ ਡਿਕਸ਼ਨਰੀ ਵਿੱਚੋਂ ਵੀ ਨਾ ਲੱਭਦੇ ਤੇ ਕਈ ਵਾਰ ਉਹ ਮੇਰੀ ਸਹਾਇਤਾ ਲੈ ਲੈਂਦਾ ਦੋਸਤਾਂ 'ਚ ਬੈਠੇ ਇੱਕ ਦਿਨ ਉਹਨੂੰ ਪਤਾ ਲੱਗਾ ਕਿ ਮੈਂ ਕੁਝ ਦਿਨਾਂ ਵਾਸਤੇ ਆਪਣੇ ਪਿੰਡ ਰੁਪਾਣਾ ਜਾ ਰਿਹਾ ਤਾਂ ਉਹਨੇ ਰੁੱਕ-ਰੁੱਕ ਕੇ ਬੋਲਦਿਆਂ ਕਿਹਾ ਆਪ ਜੀ ਦੇ ਨਾਲ ਜੇ ਮੈਂ ਚੱਲਾਂ ਤਾਂ ਉਹ ਪੰਜਾਬ ਦੇ ਪਿੰਡ ਵੇਖਣਾ ਚਾਹੁੰਦਾ ਸੀ ਲੋਕਾਂ ਨੂੰ ਮਿਲਣਾ ਚਾਹੁੰਦਾ ਸੀ ਗੱਲਾਂ ਕਰਨਾ ਚਾਹੁੰਦਾ ਸੀ ਪਰ ਕਿਸੇ ਉੱਤੇ ਬੋਝ ਬਣਨ ਤੋਂ ਝਿਜਕ ਰਿਹਾ ਸੀ ਮੈਂ ਉਹਨੂੰ ਦੱਸਿਆ ਪਿੰਡ 'ਚ ਮੇਰੀ ਮਾਂ ਰਹਿੰਦੀ ਹੈ ਬੋਲਜ ਵਾਲੀ ਕੋਈ ਗੱਲ ਨਹੀਂ ਖਾਣ ਪੀਣ ਤੇ ਕੋਈ ਖਰਚ ਨਹੀਂ ਆਏਗਾ ਸਾਡਾ ਕਿਰਾਇਆ ਪਾੜਾ ਹੀ ਲੱਗੇਗਾ ਸਾਡਾ ਕਿਰਾਇਆ ਪਾੜਾ ਹੀ ਲੱਗੇਗਾ ਉਹ ਜ਼ਰੂਰ ਚੱਲੇ ਉਹਨੂੰ ਚਾਅ ਚੜ ਗਿਆ ਖੁਸ਼ੀ ਨਾਲ ਉਹਦਾ ਸਰੀਰ ਕੰਬ ਗਿਆ ਤੇ ਅਗਲੇ ਦਿਨ ਅਸੀਂ ਦਿੱਲੀ ਫਿਰੋਜ਼ਪੁਰ ਵਾਲੀ ਬੱਸ ਵਿੱਚ ਸਵਾਰ ਹੋ ਗਏ ਰਸਤੇ 'ਚ ਨਿੱਕੇ-ਨਿੱਕੇ ਵੇਰਵੇ ਪੁੱਛ-ਪੁੱਛ ਕੇ ਉਹਨੇ ਮੇਰਾ ਦਿਮਾਗ ਪੱਛ ਛੱਡਿਆ ਮੈਂ ਖੁਸ਼ੀ-ਖੁਸ਼ੀ ਦੱਸਦਾ ਰਿਹਾ ਦੱਸਦਾ ਕਿਰਿਆ ਆਪਣੇ ਲੋਕਾਂ ਦਾ ਗੁਣਗਾਨ ਕਰਦਾ ਰਿਹਾ ਹਰ ਗੱਲ ਨੂੰ ਲਿਸ਼ਕਾ ਕੇ ਹਰ ਵੇਰਵੇ ਵਿੱਚੋਂ ਆਪਣੇ ਲੋਕਾਂ ਦੀ ਸਿਫਤ ਸਲਾਹ ਲਬਦਾ ਰਿਹਾ ਇਹ ਉਸਤਤ ਪੁਰਾਣ ਹੋਰ ਵੀ ਤਿੱਖਾ ਹੋ ਗਿਆ ਜਦੋਂ ਬਸ ਪੰਜਾਬ ਦੀ ਹੱਦ 'ਚ ਦਾਖਲ ਹੋ ਗਈ ਪ੍ਰਸ਼ੰਸਾ ਕਰਦਾ ਮੈਂ ਉਤਸ਼ਾਹ ਨਾਲ ਨਕੋ ਨਕ ਭਰਿਆ ਆ ਸੀ ਕਿਉਂਕਿ ਦਾਨੀ ਸਭ ਕੁਝ ਮੰਨਦਾ ਜਾ ਰਿਹਾ ਸੀ ਉਹਨੂੰ ਵਿਸ਼ਵਾਸ ਹੋ ਰਿਹਾ ਸੀ 3 ਵਜੇ ਅਸੀਂ ਪਿੰਡ ਪੁੱਜ ਗਏ। ਅੱਡੇ ਤੋਂ ਪਹਿਲਾਂ ਅਸੀਂ ਸੂਏ ਦੇ ਪੁਲ ਉੱਤੇ ਉਤਰ ਗਏ। ਸਾਡਾ ਪਿੰਡ ਸਾਡਾ ਘਰ ਪਿੰਡ ਦੇ ਦੂਜੇ ਪਾਸੇ ਐ ਅੱਡੇ ਤੋਂ ਉਤਰੀਏ ਤਾਂ ਸਾਰੇ ਪਿੰਡ ਵਿੱਚੋਂ ਦੀ ਲੰਘਣਾ ਪੈਂਦਾ ਤੇ ਪਰਦੇਸੀ ਬੰਦੇ ਨੂੰ ਵੇਖ ਕੇ ਲੋਕਾਂ ਲੋਕ ਅੱਖਾਂ ਪਾੜ-ਪਾੜ ਵੇਖਣਗੇ ਤੇ ਉਹਦੇ ਬਾਰੇ ਭਾਂਤ-ਭਾਂਦੇ ਸਵਾਲ ਕਰਨਗੇ। ਉਸ ਸਮੇਂ ਮੈਂ ਇੰਨਾ ਥੱਕਿਆ ਹੋਇਆ ਸੀ ਕਿ ਹੋਰ ਬੋਲਣ ਦੇ ਹੌਂਸਲੇ ਨਹੀਂ ਸਨ। ਪੁਲ ਉੱਤੇ ਖੜੋ ਕੇ ਦਾਨੀ ਨੇ ਆਲੇ ਦੁਆਲੇ ਵੇਖਿਆ। ਫਿਰ ਰੁਕ-ਰੁਕ ਕੇ ਬੋਲਿਆ। ਆਪ ਜੀ ਦੀ ਕਹਾਣੀ ਹਵਾ ਵਿੱਚ ਇਹ ਸੜਕ ਹੈ ਮੈਂ ਦੱਸਿਆ ਕਿ ਇਹ ਹੀ ਸੜਕ ਹੈ ਜਿਸ ਉਤੇ ਚੱਲਦਾ ਕਾਫਲਾ ਵਧਿਆ ਗਿਆ ਸੀ ਬੱਚੇ ਖੁਚੇ ਲੋਕ ਉਸ ਥਾਂ ਆ ਕੇ ਬੈਠੇ ਸਨ ਤੇ ਪੁਲ ਦੀ ਜੜ ਵਿੱਚੋਂ ਨਿਕਲਦੀ ਸੜਕ ਉਹ ਸਾਹਮਣੇ ਪਿੰਡ ਤਗਾਣੇ ਤੱਕ ਜਾਂਦੀ ਹੈ ਜਿੱਥੇ ਅੰਤ ਵਿੱਚ ਮਦਨ ਪਹੁੰਚਦਾ ਹੈ ਉਹਨੇ ਮੇਰਾ ਨਵਾਂ ਨਵਾਂ ਛਪਿਆ ਨਾਵਲ ਗੋਰੀ 2 ਦਿਨ ਪਹਿਲਾਂ ਹੀ ਪੜ੍ਹਿਆ ਸੀ ਪੁੱਛਣ ਲੱਗਾ ਗੋਰੀ ਵਾਲੇ ਦੇਵ ਮਿੱਠੇ ਵੀ ਇਸ ਸੜਕ ਤੋਂ ਲੱਭਦੇ ਨੇ ਵਟੀਆਂ ਦਾਨੀ ਦੀਆਂ ਨਾਲ ਗੱਲਾਂ ਨੇ ਮੇਰਾ ਥੱਕੇਵਾਂ ਲਾ ਦਿੱਤਾ ਤੇ ਮੈਂ ਫਿਰ ਗੱਲਾਂ ਕਰਨ ਦੇ ਮੂਡ 'ਚ ਹੋ ਗਿਆ ਅਸੀਂ ਸੂਏ ਦੀ ਪੱਟੜੀ ਤੇ ਚੱਲਣ ਲੱਗੇ ਪੱਟੜੀ ਦੇ ਨਾਲ ਹੀ ਸਿਵੇ ਸੰ ਸਿਵਿਆਂ ਕੋਲੋਂ ਰਾਹ ਉਤਰ ਕੇ ਫਿਰਨੀ 'ਚ ਜਾ ਪੈਂਦਾ ਉੱਥੇ ਕਿਸੇ ਦਾ ਸੰਸਕਾਰ ਹੋ ਰਿਹਾ ਸੀ ਸਿਵੇ ਨੂੰ ਅੱਗ ਲੱਗ ਚੁੱਕੀ ਸੀ ਲਾਟਾਂ ਨਿਕਲ ਰਹੀਆਂ ਸਨ ਮੁਰਦੇ ਦੇ ਨਾਲ ਸਿਰਫ ਮਰਦ ਹੀ ਸਨ ਸੋਚਿਆ ਕੋਈ ਛੜਾ ਬੁੱਢਾ ਮਰ ਗਿਆ ਹੋਵੇਗਾ ਪਟੜੀ ਤੋਂ ਲੈ ਕੇ ਉਹਨਾਂ ਬੰਦਿਆਂ 'ਚ ਰਲ ਗਏ ਕਿਸ ਤੋਂ ਪਤਾ ਲੱਗਿਆ ਬੂੜਾ ਵੈਲੀ ਚੱਲ ਵਸਿਆ ਸੀ ਚਲੋ ਕਈ ਮੁੰਡਿਆਂ ਦੀ ਜ਼ਿੰਦਗੀ ਬਚ ਗਈ ਮੈਂ ਸੋਚਿਆ ਬੁੱਢਾ ਹੋਣ ਕਰਕੇ ਬੁੱਢਾ ਬਦਮਾਸ਼ੀ ਕਰਨੋਂ ਰਹਿ ਗਿਆ ਸੀ ਹੁਣ ਉਹ ਜਵਾਨ ਹੋ ਰਹੇ ਮੁੰਡਿਆਂ ਨੂੰ ਆਪਣੇ ਰਾਹ ਤੇ ਪਾਉਣ ਲੱਗ ਪਿਆ ਸੀ ਵੈਲੀ ਬਣਾਉਣ ਦੀਆਂ ਕਲਾਕਾਰੀਆਂ ਸਿਖਾਉਂਦਾ ਜਿਵੇਂ ਬੁੱਢੀ ਹੋ ਕੇ ਨਾਚੀ ਸਕੂਲ ਖੋਲ ਲੈਂਦੀ ਐ ਬੂੜੇ ਨੇ ਵੈਲੀ ਬਣਾਉਣ ਦਾ ਇੱਕ ਇੱਕ ਤਰ੍ਹਾਂ ਨਾਲ ਸਕੂਲ ਖੋਲ ਰੱਖਿਆ ਸੀ ਉਹਦੀ ਸਿੱਖਿਆ ਚਾਕੇ ਕੋਈ ਮੁੰਡਾ ਸਕੂਲ ਛੱਡ ਦਿੰਦਾ ਕੋਈ ਆਪਣੇ ਪਿਓ ਦੇ ਗਲ ਪੈ ਜਾਂਦਾ ਉਹਨੂੰ ਲੱਗਦਾ ਉਹਦੀ ਫੀਸ ਆ ਗਈ ਸੀ ਕਈ ਵਸ ਦੇ ਰਸਤੇ ਘਰ ਉਹਨੇ ਉਜਾੜੇ ਸਨ ਕਿਸੇ ਦਾ ਭਲਾ ਸੋਚਣਾ ਤਾਂ ਕੀ ਕਦੇ ਵਿਖਾਵੇ ਵੱਜੋਂ ਕੀਤਾ ਵੀ ਨਹੀਂ ਸੀ ਦੋ ਚਾਰ ਬੰਦਿਆਂ ਨੇ ਬਲਦੇ ਸਵੇਚ ਡੱਕੇ ਸੁੱਟੇ ਤੇ ਗੱਲੀ ਲੱਗ ਪਏ ਮੌਤ ਆਵੇ ਤਾਂ ਇਹੋ ਜੀ ਕੋਈ ਤਾਪ ਨਹੀਂ ਕੋਈ ਸਰਵਾ ਨਹੀਂ ਇੱਕ ਦਿਨ ਵੀ ਬਿਮਾਰ ਨਹੀਂ ਹੋਇਆ ਇੱਕ ਦਿਨ ਤਾਂ ਵੱਡਾ ਹੁੰਦਾ ਹੈ 5 ਮਿੰਟ ਨਹੀਂ ਹੋਇਆ ਇਹ ਤਾਂ ਜਿਵੇਂ ਕੋਈ ਬਾਲੇ ਪੁੰਨ ਕੀਤੇ ਹੁਣ ਹਾਂ ਜਿਵੇਂ ਬਾਲੇ ਪੁੰਨ ਕੀਤੇ ਹੁਣ ਕੋਈ ਤਕਲੀਫ ਹੀ ਨਹੀਂ ਹੋਈ ਦਾਨੀ ਨੇ ਮੈਨੂੰ ਪੁੰਨ ਬਾਰੇ ਪੁੱਛਿਆ ਫਿਰ ਪੁੱਛਿਆ ਮਰਨ ਵਾਲੇ ਨੇ ਬਹੁਤ ਪੁੰਨ ਕੀਤੇ ਸਨ ਇਸੇ ਕਰਕੇ ਲੋਕ ਆਖ ਰਹੇ ਸਨ ਸੰਖੇਪ ਵਿੱਚ ਤੇ ਮੈਂ ਧੀਮੀ ਵਾਸਚ ਦਾਨੀ ਨੂੰ ਬੂੜੇ ਦੇ ਚਰਿੱਤਰ ਬਾਰੇ ਦੱਸਿਆ ਕੋਰ ਪਾਪੀ ਬਣ ਕੇ ਜਿਵੇਂ ਪੁੰਨ ਕੀਤੇ ਹੋਣ ਵਿੱਚ ਜਿਵੇਂ ਦੀ ਰਮਜ਼ ਸਮਝਾਈ ਮੈਨੂੰ ਵੇਖ ਕੇ ਬੂੜੇ ਦਾ ਪੁੱਤਰ ਕੇਰੂ ਹੌਲੀ-ਹੌਲੀ ਸਾਡੇ ਕੋਲ ਨੂੰ ਹੋ ਗਿਆ ਅਫਸੋਸ ਕਰਨ ਦੇ ਢੰਗ ਨਾਲ ਮੈਂ ਪੁੱਛ ਲਿਆ ਕੀ ਗੱਲ ਬਿਮਾਰ ਹੋ ਗਿਆ ਸੀ ਤਾਇਆ ਉਹ ਪਹਿਲਾਂ ਹੀ ਤਿਆਰ ਸੀ ਬਾਰ-ਬਾਰ ਦੱਸ ਕੇ ਉਹਦਾ ਚੰਗਾ ਵਿਆਹ ਹੋ ਚੁੱਕਾ ਸੀ ਇੱਕਦਮ ਸ਼ੁਰੂ ਹੋ ਗਿਆ ਕੋਈ ਬਿਮਾਰ ਨਹੀਂ ਸੀ ਚੰਗਾ ਭਲਾ ਤਾਪ ਵੀ ਨਹੀਂ ਚੜਿਆ ਨਾ ਜ਼ੁਕਾਮ ਨਾ ਬੁੱਲਾ ਚੰਗੀ ਭਲੀ ਰੋਟੀ ਖਾਧੀ ਵੱਡੀ ਰਾਤ ਤਾਈ ਮੁੰਡਿਆਂ ਨਾਲ ਧੂਏ ਤੇ ਬੈਠਾ ਰਿਹਾ ਚੰਗਾ ਭਲਾ ਉੱਠ ਕੇ ਆਇਆ ਆਪ ਹੀ ਬਾਰ ਬੰਦ ਕੀਤਾ ਕੁੰਡਾ ਲਾਇਆ ਸਵੇਰੇ ਮੈਂ ਚਾਹ ਦੀ ਗੜਵੀ ਦੇਣ ਗਿਆ ਆਵਾਜ਼ ਦਿੱਤੀ ਤਾਂ ਬੋਲਿਆ ਨਾ ਰਜਾਈ ਲਾ ਕੇ ਮੂੰਹ ਵੇਖਿਆ ਅੱਖਾਂ ਮਿਚੀਆਂ ਸਨ ਮੂੰਹ ਬੰਦ ਜਦੋਂ ਸੁੱਤਾ ਲੱਗਿਆ ਮਰੇ ਬੰਦੇ ਦੀਆਂ ਅੱਖਾਂ ਤੇ ਮੂੰਹ ਖੁੱਲੇ ਰਹਿ ਜਾਂਦੇ ਆ ਪਰ ਨਹੀਂ ਜਿਵੇਂ ਘੂਕ ਸੁੱਤਾ ਹੋਵੇ ਮੈਂ ਚਾਹ ਵਾਲੀ ਗੜਵੀ ਮੋੜ ਕੇ ਚੁੱਲ੍ਹੇ 'ਚ ਅੱਗ ਤੇ ਰੱਖਤੀ ਵੀ ਤੱਤੀ ਰਹੂ ਚਾਹ ਉਹਨੂੰ ਆਦਤ ਸੀ ਛੜਦੀ ਛੜਦੀ ਪੀਂਦਾ ਸੀ ਫਿਰ ਮੈਂ ਆਪਦੇ ਕੰਮ 'ਚ ਲੱਗ ਗਿਆ ਪਿੰਡ 'ਚ ਵੀ ਇੱਕ ਦੋ ਕੰਮ ਕਰ ਆਇਆ ਆ ਕੇ ਵੇਖਿਆ ਤਾਂ ਗੜਵੀ ਹੋਈ ਚੁੱਲ੍ਹੇ 'ਚ ਪਈ ਵੱਡੀਆਂ ਵੱਡੀਆਂ ਧੁੱਪਾਂ ਚੜਾਈਆਂ ਸੀ ਬਾਜਾਂ ਦਿੱਤੀਆਂ 1 2 ਪਰ ਬੋਲਣਾ ਕੀ ਸੀ ਬਾਜ ਵਿੱਚ ਹੁੰਦੀ ਤਾਂ ਬੋਲਦੇ ਨਾ ਤੇ ਬੋਲਣ ਵਾਲੀ ਚੀਜ਼ ਤਾਂ ਉੱਡ ਗਈ ਸੀ ਰਜਾਈ ਲਾ ਕੇ ਮੂੰਹ ਨੰਗਾ ਕੀਤਾ ਬਾਹ ਫੜ ਕੇ ਹਲੂਣੀ ਤੇ ਠੰਡੀ برف ਵਰਗੀ ਸੁੱਤੇ-ਸੁੱਤੇ ਦੇ ਪ੍ਰਾਣ ਪੰਖੇਰੂ ਹੋ ਗਏ ਬਸ ਰੋਣ ਦੇ ਯਤਨ ਚ ਕੇਰੂ ਦੇ ਬੁੱਲਜੇ ਟੇਰੇ ਪਰ ਰੋਣ ਨਹੀਂ ਨਿਕਲਿਆ ਦੂਜੇ ਪਾਸੇ ਕੋਈ ਧਰਮ ਸਿੰਘ ਦੀ ਮੌਤ ਨੂੰ ਯਾਦ ਕਰ ਰਿਹਾ ਸੀ ਦਿਨ ਰਾਤ ਭਜਨ ਬੰਦਗੀ ਕਰਨ ਵਾਲਾ ਨਿਤਨੇਮੀ ਪੰਜਾਂ ਬਾਣੀਆਂ ਦਾ ਪਾਠ ਕਰਨ ਪਿੱਛੋਂ ਮੂੰਹ ਝੂਠਾ ਕਰਦਾ ਕਿਸੇ ਨੂੰ ਕੋਈ ਦੁੱਖ ਤਕਲੀਫ ਹੁੰਦੀ ਪਹਿਲਾਂ ਪੁੱਛਦਾ ਕਿਸੇ ਦੇ ਕੰਡਾ ਵੱਜਿਆ ਧਰਮ ਸਿੰਘ ਤੋਂ ਜਰਨਾ ਹੁੰਦਾ ਪਰ ਮਰਿਆ ਵੇਖ ਲੋ ਕਿਵੇਂ 6 ਮਹੀਨੇ ਹੱਡੀਆਂ ਰਗੜ ਰਗੜ ਕੇ ਇੱਕ ਪਾਸਾ ਮਾਰਿਆ ਗਿਆ। ਪਈ ਪੈ ਦਾ ਸਰੀਰ ਡਲ ਗਿਆ। ਇੱਕ ਪਾਸੇ ਤੋਂ ਮੁਸ਼ਕ ਮਾਰਿਆ ਕਰੇ ਪਰ ਉਹਨੇ ਤਾਂ ਆਪਣੇ ਵਕਤ ਤੇ ਹੀ ਆਉਣਾ ਸੀ। ਬਹੁਤ ਨਰਕ ਭੋਗਿਆ ਵਿਚਾਰੇ ਨੇ। ਤੇ ਵੇਖ ਲੋ ਰੱਬ ਦੇ ਰੰਗ। ਧਰਮ ਸਿੰਘ ਦੀ ਮੌਤ ਬਾਰੇ ਸਾਰਿਆਂ ਨੇ ਕੁਝ ਕਿਹਾ। ਫਿਰ ਕੁਝ ਲੋਕ ਬੁੜੇ ਦੀ ਸੌਖੀ ਮੌਤ ਬਾਰੇ ਦੱਸਦੇ ਤੇ ਕੋਈ ਧਰਮ ਸਿੰਘ ਦੀ ਕਸ਼ਟਾਂ ਭਰੀ ਮੌਤ ਬਾਰੇ ਗੱਲ ਕਰਦਾ। ਇੱਕ ਤਰ੍ਹਾਂ ਨਾਲ ਗੁਰਮੁਖ ਤੇ ਮਨਮੁਖ ਦੀ ਮੌਤ ਦਾ ਮੁਕਾਬਲਾ ਹੋਣ ਲੱਗ ਪਿਆ। ਪੁੰਨ ਕਰਨ ਵਾਲਾ ਕਿੰਨਾ ਦੁਖੀ ਹੋ ਕੇ ਮਰਿਆ ਤੇ ਪਾਪੀ ਦੀ ਮੌਤ ਕਿੰਨੀ ਸੁਖਾਲੀ ਸੀ ਧਰਮ ਸਿੰਘ ਬਾਰੇ ਕਹਿ ਰਹੇ ਸਨ ਕਿੰਨੇ ਪੁੰਨ ਕੀਤੇ ਸੀ ਤੇ ਬੁੜੇ ਬਾਰੇ ਜਿਵੇਂ ਪੁੰਨ ਕੀ ਜਿਵੇਂ ਪੁੰਨ ਕੀਤੇ ਹੋਣ ਤੇ ਕੇਰੂ ਦੀ ਹਾਲਤ ਬੜੀ ਤਰਸਯੋਗ ਸੀ ਉਹਦੇ ਪਿਓ ਦੀ ਸੁਖੀ ਮੌਤ ਲੋਕਾਂ ਨੂੰ ਚੁਭ ਰਹੀ ਸੀ ਐਸੀ ਮੌਤ ਦੇ ਵੀ ਉਹਨੂੰ ਯੋਗ ਨਹੀਂ ਸਮਝ ਰਹੇ ਸਨ ਪਿੱਪਲ ਦੇ ਮੁੱਢ 'ਚੋਂ ਲੈ ਕੇ ਉਹਨੇ ਖੇਸ ਦੀ ਬੁੱਕਲ ਮਾਰ ਲਈ ਤੇ ਉਹ ਖੜਾ ਹੋ ਗਿਆ ਜਿਵੇਂ ਐਲਾਨ ਕਰਨਾ ਹੋਵੇ ਅਸਲ 'ਚੋਂ ਪੁੰਨ ਤਾਰ ਗਿਆ ਬਾਪੂ ਨੂੰ ਉਹ ਸਪਕਾਰ ਨੇ ਸਹਾਇਤਾ ਕੀਤੀ ਉਹਦੀ ਕੇਰੂ ਨੇ ਕਿਹਾ ਤੇ ਲੋਕਾਂ ਦੇ ਚਿਹਰਿਆਂ 'ਵਲ ਵੇਖਣ ਲੱਗਾ ਸਾਰੇ ਚੁੱਪ ਹੋ ਗਏ ਜਿਵੇਂ ਯਾਦ ਕਰਦੇ ਹੁਣ ਕਿਹੜਾ ਉਪਕਾਰ ਸੀ ਜੋ ਲੋਕਾਂ ਤੋਂ ਚੋਰੀ-ਚੋਰੀ ਬੂੜੇ ਨੇ ਕਰਤਾ ਸੀ ਜਿਨੇ ਉਹਦੀ ਮੌਤ ਇੰਨੀ ਆਸਾਨ ਕਰਤੀ ਇੱਥੋਂ ਦੀ ਕਾਫਲਾ ਲੰਘਿਆ ਸੀ ਰੋਲੇ ਵੇਲੇ ਕੇਰੂ ਨੇ ਦੱਸਿਆ ਤੀ ਦੁੱਧ ਪੀਂਦੇ ਬੱਚਿਆਂ ਦੀ ਮੁਕਤੀ ਕੀਤੀ ਸੀ ਬਾਪੂ ਨੇ ਉਹੀ ਫੋਨ ਉਤਾਰ ਗਿਆ ਦੇਸ਼ ਦੀ ਵੰਡ ਸਮੇ 1947 ਚ ਪਿੰਡ ਚੋਂ ਲੰਘਦੀ ਸੜਕ ਉਤੋਂ ਦੀ ਇੱਕ 15-20 ਮੀਲ ਲੰਮਾ ਕਾਫਲਾ ਲੰਘਿਆ ਲੁਟੇਰੇ ਤੇ ਧੜਵੀ ਕਾਫਲੇ ਦੇ ਪਿੱਛੋਂ ਥੋੜੇ ਕ ਬੰਦਿਆਂ ਨੂੰ ਵੱਖ ਕਰ ਲੈਂਦੇ ਲੁੱਟਮਾਰ ਕਰਦੇ ਮਰਦਾਂ ਦੇ ਬੁੱਢੀਆਂ ਔਰਤਾਂ ਨੂੰ ਮਾਰ ਦਿੰਦੇ ਜਵਾਨ ਤਿਵੀਆਂ ਨੂੰ ਉਧਾਲ ਕੇ ਲੈ ਜਾਂਦੇ ਹੋਰ ਧੜਵੀ ਆ ਜਾਂਦੇ ਇਹ ਸਿਲਸਿਲਾ ਚੱਲਦਾ ਰਿਹਾ ਪਿੱਛੋਂ ਕਾਫਲਾ ਵੱਧਿਆ ਜਾ ਰਿਹਾ ਸੀ ਅੱਗੇ ਤੁਰ ਰਿਹਾ ਸੀ ਸੜਕ ਲਾਸ਼ਾਂ ਨਾਲ ਭਰ ਗਈ ਬਿਮਾਰੀ ਫੈਲਣ ਦੇ ਡਰ ਤੋਂ ਅਗਲੇ ਦਿਨ ਲਾਸ਼ਾਂ ਸਮੇਟਣ ਲੱਗੇ ਤਾਂ ਪਿੰਡ ਦੀ ਜੂਹ ਚ ਕੋਜ ਦੁੱਧ ਪੀਂਦੇ ਬੱਚੇ ਜਿਉਂਦੇ ਲੱਭੇ ਪਿੰਡ ਵਾਲੇ ਉਹਨਾਂ ਨੂੰ ਧਰਮਸ਼ਾਲਾ ਚ ਲੈ ਆਏ। ਹੁਣ ਚਿੰਤਾ ਬਣੀ ਕਿ ਇਹ ਨਾ ਬੱਚਿਆਂ ਦਾ ਕੀਤਾ ਕੀ ਜਾਏ। ਕੁਝ ਬੱਚੇ ਵਾਲੇ ਦਵਾਲੇ ਦੇ ਪਿੰਡਾਂ ਦੇ ਲੋਕ ਲੈ ਗਏ। ਫੇਰ ਵੀ 30 ਬੱਚੇ ਰਹਿ ਗਏ। ਜਿਨ੍ਹਾਂ ਦੀ ਉਮਰ ਕੁਝ ਮਹੀਨਿਆਂ ਚ ਹੀ ਸੀ। 5-7 ਦਿਨਾਂ ਚ ਹੀ ਪਿੰਡ ਵਾਲੇ ਦੁਖੀ ਹੋ ਗਏ। ਕੌਣ ਸੰਭਾਲੇ ਬਗਾਨੇ ਬੱਚਿਆਂ ਨੂੰ? ਬੰਦੇ ਦਾ ਬੱਚਾ ਪਾਲਣਾ ਕੋਈ ਖੇਡ ਨਹੀਂ ਵਿਚਾਰ ਹੋਣ ਲੱਗੀ। ਕੋਈ ਕਹੇ ਪਾਕਿਸਤਾਨ 'ਚ ਛੱਡਾ ਈ ਕੋਈ ਕਿਸੇ ਯਤਿਮਖਾਨੇ ਦੀ ਗੱਲ ਕਰਦਾ ਪਰ ਛੱਡ ਕੇ ਕੌਣ ਆਵੇ? ਖਤਰਨਾਕ ਹਾਲਾਤ ਵਿੱਚ ਕੋਈ ਜਾਨ ਖਤਰੇ 'ਚ ਪਾਉਣ ਨੂੰ ਤਿਆਰ ਨਹੀਂ ਸੀ ਪਰ ਆ ਮੁਕਤੀ ਕਰੋ ਵਿਚਾਰਿਆਂ ਦੀ ਪਾਕਿਸਤਾਨ 'ਚ ਕੌਣ ਹੈ ਨਾ ਵਾਸਤੇ ਬੁੜੇ ਲਈ ਬੈਠਾ ਹੈ ਬੁੜੇ ਨੇ ਸਲਾਹ ਦਿੱਤੀ ਇੰਨੇ ਛੋਟੇ ਦੁੱਧ ਪੀਂਦੇ ਬੱਚਿਆਂ ਨੂੰ ਮਾਰੇਗਾ ਕੌਣ ਕੋਈ ਨਹੀਂ ਮਾਰ ਸਕਦਾ ਜੇ ਕੋਈ ਮਾਰ ਸਕਦਾ ਹੁੰਦਾ ਤਾਂ ਉਹੀ ਨਾ ਮਰ ਜਾਂਦੇ ਉਹੀ ਨਾ ਮਾਰ ਜਾਂਦੇ ਜਿਨ੍ਹਾਂ ਨੇ ਬਾਕੀ ਕਾਫਲਾ ਵੱਢਿਆ ਸੀ ਜਿਹੜੇ ਇਹਨਾਂ ਦੀਆਂ ਮਾਵਾਂ ਨੂੰ ਲੈ ਗਏ ਇਸ ਖਿਆਲ ਨਾਲ ਹੀ ਲੋਕਾਂ ਦਾ ਦਿਲ ਦਹਿਲ ਜਾਂਦਾ ਲਿਆਓ ਮੈਂ ਕਰਦਾ ਹਾਂ ਭੋ ਅੰਤ ਨੂੰ ਬੂੜੇ ਨੇ ਕਿਹਾ ਇਹਨਾਂ ਦਾ ਕੀ ਹੈ ਇੱਕ ਇੱਕ ਟੱਕ ਦੀ ਮਾਰ ਆ ਵਿਚਾਰੇ ਸਾਰੀ ਉਮਰ ਰੁੱਲਦੇ ਫਿਰਨਗੇ ਮਾਂ ਮੈਟਰ ਬੂੜਾ ਬੱਚਿਆਂ ਨੂੰ ਸੂਏ ਤੇ ਲੈ ਗਿਆ ਇੱਕ ਇੱਕ ਟੱਕ ਲਾ ਕੇ ਸੂਏ ਚ ਸੁੱਟ ਤੇ ਇਹ ਪੁੰਨ ਸੀ ਕੇਰੂ ਦੇ ਦੱਸਣ ਅਨੁਸਾਰ ਜਿਨੇ ਉਹਦੇ ਬਾਪੂ ਦੀ ਮੌਤ ਸੌਖੀ ਕਰਦੀ ਸੀ ਕੇਰੂ ਦੀ ਜ਼ੁਬਾਨੀ ਸੁਣ ਕੇ ਦਾਨੀ ਨੂੰ ਗੱਲ ਪੂਰੀ ਤਰ੍ਹਾਂ ਸਮਝ ਨਾ ਪਈ ਮੇਰੇ ਕੋਲੋਂ ਦੁਬਾਰਾ ਸੁਣੇ ਆਪ ਜੀ ਨੇ ਵੇਖਿਆ ਸੀ ਦਾਨੀ ਨੇ ਕੇਰੂ ਨੂੰ ਪੁੱਛਿਆ ਕੇਰੂ ਨੂੰ ਜਦ ਪਤਾ ਲੱਗਾ ਵੀ ਪੁੱਛਣ ਵਾਲਾ ਪਰਦੇਸੀ ਹੈ ਉਹਨੇ ਪਰਦੇਸੀਆਂ ਨੂੰ ਸਮਝਾਉਣ ਵਾਲੇ ਅੰਦਾਜ਼ ਚ ਬੋਲਣਾ ਸ਼ੁਰੂ ਕਰਤਾ ਹਾਂ ਹਮਕੋ ਦੇਖਿਆ ਸੀ ਹਮ 13 ਬਰਸ ਕਾ ਸੀ ਉਸ ਟਾਈਮ ਗੱਡੇ ਉੱਪਰ ਲੱਦ ਕੇ ਲੈ ਗਏ ਇਥੇ ਹਮ ਬੱਚਿਆਂ ਕੋ ਕਿੰਨੇ ਵੱਡੇ ਸਨ ਬੱਚੇ ਦਾਨੀ ਨੇ ਪੁੱਛਿਆ ਨੀਕੇ ਨੀਕੇ ਥੇ ਕੇਰੂ ਨੇ ਦੋਵਾਂ ਹੱਥਾਂ ਨਾਲ ਵਿੱਥ ਕਰਕੇ ਬੱਚਿਆਂ ਦੇ ਆਕਾਰ ਦਸੀ ਇਤਨੇ ਇਤਨੇ ਦੁੱਧ ਪੀਂਦੇ ਇਹੀ ਪੁੱਣ ਨੇ ਤਾਰ ਦਿੱਤਾ ਤਲਵਾਰ ਨਾਲ ਕੱਟ ਦਿੱਤੇ ਆਪ ਕੇਰੂ ਨੇ ਹੱਥ ਦੀ ਤਲਵਾਰ ਬਣਾ ਕੇ ਉੱਪਰ ਥੱਲੇ ਵਾਰ ਕਰਨ ਵਾਂਗ ਕੀਤਾ ਬਸ ਇੱਕ ਟੱਕ ਔਰ ਸਿਰ ਅੱਡ ਦਾਨੀ ਦਾ ਜਿਸਮ ਇੱਕ ਧੜਤੜੀ ਨਾਲ ਕੰਬ ਗਿਆ ਚਿਹਰੇ ਦਾ ਤਾਂਬੇ ਵਰਗਾ ਰੰਗ ਪੀਲਾ ਪੈ ਗਿਆ ਤੇ ਫਿਰ ਇੱਕਦਮ ਬੱਗਾ ਪਾਣੀ ਵਰਗਾ ਮੈਨੂੰ ਤੁਰਨ ਵਾਸਤੇ ਇਸ਼ਾਰਾ ਕੀਤਾ ਬੋਲ ਨਹੀਂ ਨਿਕਲੇ ਆਉ ਦਾ ਬੰਦਿਆਂ ਤੋਂ ਵੱਖ ਹੋ ਕੇ ਅਸੀਂ ਰਾਹ ਚ ਆ ਗਏ ਉਹਨੇ ਆਪਣੇ ਆਪਣਾ ਅਟੈਚੀ ਧਰਤੀ ਤੇ ਰੱਖ ਦਿੱਤਾ ਤੇ ਅਟੈਚੀ ਵਾਲੇ ਉਹ ਵੇਖਣ ਲੱਗਾ ਜਿਵੇਂ ਖੋਲਣਾ ਚਾਹੁੰਦਾ ਹੋਵੇ ਖੋਲਣ ਦਾ ਵਿਚਾਰ ਛੱਡ ਕੇ ਆਪਣੇ ਚਿਹਰੇ ਤੇ ਹੱਥ ਫੇਰਨ ਲੱਗਿਆ ਉਂਗਲਾਂ ਦੇ ਪੋਟਿਆਂ ਨਾਲ ਟੋਣ ਲੱਗਾ ਜਿਵੇਂ ਚਿਹਰੇ ਦਾ ਬਦਲਿਆ ਰੰਗ ਪੋਟਿਆਂ ਨਾਲ ਵੇਖ ਰਿਹਾ ਹੋਵੇ ਫਿਰ ਇੱਕਦਮ ਮੂੰਹ ਦੂਜੇ ਪਾਸੇ ਕਰਕੇ ਬੈਠ ਗਿਆ ਉਹਨੂੰ ਉਲਟੀ ਆ ਗਈ ਸਹਾਰਾ ਦੇਣ ਵਾਸਤੇ ਮੈਂ ਉਹਦੇ ਮੋਢੇ ਫੜ ਲਏ ਤਿੰਨ ਵਾਰ ਉਲਟੀ ਕੀਤੀ ਰਾਹ ਤੇ ਦੂਜੇ ਪਾਸੇ ਪੱਕਾ ਖਾਲ ਪਾਣੀ ਦਾ ਭਰਿਆ ਹੋਇਆ ਸੀ ਸਹਾਰਾ ਦੇ ਕੇ ਉਹਨੂੰ ਉੱਥੇ ਬਿਠਾ ਦਿੱਤਾ ਉਰਲੀ ਕੀ ਤੀਰਮਾਲ ਨਾਲ ਮੂੰਹ ਪੁੰਝਿਆ ਤੇ ਮੇਰੇ ਤੋਂ ਮਾਫੀ ਮੰਗੀ ਮੈਨੂੰ ਅਫਸੋਸ ਹੈ ਮੈਨੂੰ ਮਜ਼ਬੂਤ ਹੋਣਾ ਚਾਹੀਦਾ ਸੀ ਮਾਫੀ ਚਾਹੁੰਦਾ ਹਾਂ ਬੰਦੇ ਨੂੰ ਕਮਜ਼ੋਰ ਨਹੀਂ ਹੋਣਾ ਚਾਹੀਦਾ ਉਹ اٹਕਟਕੇ ਬੋਲਿਆ ਮੇਰੀ ਮਾਂ ਨੂੰ ਜਦੋਂ ਪਤਾ ਲੱਗਿਆ ਵੀ ਉਹ ਪਰਦੇਸੀ ਹੈ ਆਪਣੇ ਪਰਿਵਾਰ ਤੇ ਦੇਸ਼ ਤੋਂ ਦੂਰ ਹੈ ਉਹਨੇ ਦਾਨੀ ਦਾ ਬਹੁਤ ਆਦਰ ਕੀਤਾ ਮੂੰਹ ਧੋਣ ਵਾਸਤੇ ਪਾਣੀ ਗਰਮ ਕਰਕੇ ਦਿੱਤਾ ਚਾਹ ਬਣਾ ਕੇ ਦਿੱਤੀ ਉਹਦੇ ਤੋਂ ਉਹਦੇ ਦੇਸ਼ ਬਾਰੇ ਗੱਲਾਂ ਪੁੱਛਦੀ ਰਹੀ ਪਰ ਦਾਨੀ ਖੁੱਲ ਨਹੀਂ ਸੀ ਰਿਹਾ ਉਹਦਾ ਚਿੱਤ ਖੁਸ਼ ਕਰਨ ਵਾਸਤੇ ਮੈਂ ਉਹਨੂੰ ਚਾਚੇ ਦੇ ਘਰ ਲੈ ਗਿਆ ਚਾਚੇ ਦੇ ਪੁੱਤਰ ਨੇ ਵਿਸਕੀ ਪਿਆਈ ਮੁਰਗੇ ਬਣਵਾਏ ਪਰ ਦਾਨੀ ਪਿੱਚ ਗਿਆ ਹੀ ਰਿਹਾ ਜੋ ਉਹਨੂੰ ਪੁੱਛਿਆ ਜਾਂਦਾ ਸੰਖੇਪ ਚ ਦੱਸ ਦਿੰਦਾ ਜੋ ਉਹਨੂੰ ਦੱਸਿਆ ਜਾਂਦਾ ਸੁਣ ਲੈਂਦਾ ਆਪ ਕੁਝ ਨਾ ਪੁੱਛਦਾ ਪੁੱਛਣ ਤੇ ਜਾਣਨ ਦਾ ਉਹਦਾ ਉਤਸ਼ਾਹ ਉੱਕਾ ਮਰ ਗਿਆ ਸੀ ਰੋਟੀ ਵੀ ਉਹਨੇ ਥੋੜੀ ਕ ਖਾਦੀ ਉਹਦੀ ਚੁੱਪ ਨੇ ਆਪਣੇ ਲੋਕਾਂ ਦੀ ਮਹਿਮਾਨ ਨਵਾਜ਼ੀ ਦੀ ਸਿਫਤ ਕਰਨ ਦਾ ਮੌਕਾ ਵੀ ਮੇਰੇ ਹੱਥੋਂ ਖੋ ਲਿਆ ਮੈਂ ਤਾਂ ਦੱਸਣਾ ਚਾਹੁੰਦਾ ਸਾਂ ਕਿ ਬਿਨ ਬੁਲਾਈ ਮਹਿਮਾਨ ਦਾ ਵੀ ਕਿੰਨਾ ਸਵਾਗਤ ਹੁੰਦਾ ਹੈ ਸਾਡੇ ਘਰਾਂ 'ਚ ਉਹਦਾ ਬਿਸਤਰਾ ਚਾਰੇ 'ਚ ਕਰ ਦਿੱਤਾ ਉਹ ਉੱਤੇ ਰੋਸ਼ਨੀ ਦਾ ਚੰਗਾ ਪ੍ਰਬੰਧ ਸੀ ਟਿਊਬ ਸੀ ਟੇਬਲ ਲੈਂਪ ਵੀ ਸੀ ਉਹਨੂੰ ਪੜਨ ਵਾਸਤੇ ਸੌਖ ਰਹਿਣੀ ਸੀ ਹੁਣੇ ਮੈਨੂੰ ਵੀ ਉੱਥੇ ਸੌਣ ਵਾਸਤੇ ਕਿਹਾ ਸੌਣ ਤੋਂ ਪਹਿਲਾਂ ਉਹਨੇ ਕੋਈ ਗੱਲ ਨਾ ਕੀਤੀ ਚੁੱਪਚਾਪ ਰਜਾਈ ਤਾਣ ਕੇ ਪੈ ਗਿਆ ਅੱਧੀ ਕੁ ਰਾਤ ਹੋਈਗੀ ਉਹਦੀ ਆਵਾਜ਼ ਸੁਣ ਕੇ ਮੇਰੀ نیند ਖੁੱਲ ਗਈ ਰਜਾਈ ਦੀ ਝੀਤ ਚੋਂ ਵੇਖਿਆ ਦਾਨੀ ਨੇ ਸਾਰੀਆਂ ਬੱਤਾਂ ਬੱਤੀਆਂ ਜਗਾ ਰੱਖੀਆਂ ਸਨ ਮੰਜੇ ਉੱਤੇ ਬੈਠਾ ਫ੍ਰੈਂਚ ਚ ਗੱਲਾਂ ਕਰ ਰਿਹਾ ਸੀ ਜਿੰਨੀ ਕੁ ਮੈਂ ਸਮਝ ਸਕਿਆ 35 ਸਾਲਾਂ ਬਾਅਦ ਵੀ ਉਹ ਕੰਮ ਪੁੰਨ ਦਾ ਲੱਗਦਾ ਸੀ 35 ਸਾਲਾਂ ਬਾਅਦ ਪੁੰਨ ਤੋਬਾ ਤੋਬਾ ਮੇਰੀ ਬੱਚੀ 3 ਮਹੀਨਿਆਂ ਦੀ ਹੈ ਦੁੱਧ ਪਿੰਦੀ ਬੱਚੀ ਛੋਟੀ ਬੱਚੀ ਫਿਰ ਉਹ ਮੰਜੇ ਉੱਤੇ ਡਿੱਗ ਪਿਆ ਤੇ ਉਹ ਬੁਲਾਵੇਂ ਜੇ ਖਾਣ ਲੱਗ ਪਿਆ ਜਿਵੇਂ ਸਪ ਬਿਸਖੋਲਦਾ ਕਦੇ ਇੱਕ ਪਾਸੇ ਦੀ ਬਾਹੀ ਨਾਲ ਵੱਜਦਾ ਕਦੇ ਦੂਜੀ ਨਾਲ ਮੂੰਹ 'ਚ یوں ਆਵਾਜ਼ ਆ ਰਹੀ ਸੀ ਜਿਵੇਂ ਦੰਦ ਪੀਰਿਆ ਹੋਵੇ ਮੰਜੇ ਦੀਆਂ ਚੂਲਾਂ ਜਰਕ ਰਹੀਆਂ ਸਨ ਜਿਵੇਂ ਕੋਈ ਉੱਤੇ ਘੋਲ ਕਰ ਰਿਹਾ ਹੋਵੇ ਮੈਂ ਡਰ ਗਿਆ ਜਾਗ ਗਏ ਮੈਂ ਹੌਸਲਾ ਕਰਕੇ ਆਵਾਜ਼ ਦਿੱਤੀ ਉਹ ਛਾਲ ਮਾਰ ਕੇ ਫਰਸ਼ ਤੇ ਖੜਾ ਹੋ ਗਿਆ ਫਰਨ ਫਰਨ ਕੰਬ ਰਿਹਾ ਸੀ ਚਿਹਰਾ ਪੌਣੀ ਵਾਂਗ ਬੱਗਾ ਉਹਨੇ ਕੰਸ ਤੋਂ ਸ਼ੀਸ਼ਾ ਚੁੱਕਿਆ ਇੱਕ ਹੱਥ 'ਚ ਫੜ ਕੇ ਵੇਖਣ ਲੱਗ ਪਿਆ ਦੂਜਾ ਹੱਥ ਉਹ ਗਰਦਨ ਉੱਤੇ ਫੇਰ ਰਿਹਾ ਸੀ ਦਾਨੀ ਕੀ ਗੱਲ ਹੈ ਮੇਰਾ ਦਿਲ ਸ਼ੀਸ਼ਾ ਦੇਖਣ ਨੂੰ ਕਰਦਾ ਸੀ ਮੇਰੀ ਬੇਬੀ 3 ਮਹੀਨਿਆਂ ਦੀ ਹੈ ਸਮਝ ਨਹੀਂ ਆਈ ਮੈਨੂੰ ਸ਼ੀਸ਼ੇ ਦੀ ਸਮਝ ਨਹੀਂ ਆਈ ਮੈਨੂੰ ਵੀ ਨਹੀਂ ਆਈ ਪਰ ਹਰ ਵਾਰ ਮੇਰਾ ਦਿਲ ਸ਼ੀਸ਼ਾ ਵੇਖਣ ਨੂੰ ਕਰਦਾ ਹੈ ਨਹੀਂ ਤਾਂ ਮੈਂ ਠੀਕ ਨਹੀਂ ਰਹਿੰਦਾ ਬਿਮਾਰ ਮਹਿਸੂਸ ਕਰਦਾ ਹਾਂ ਮੈਨੂੰ ਬਹੁਤ ਅਫਸੋਸ ਹੈ ਡਿਸਟਰਬ ਕੀਤਾ ਮਜਬੂਰ ਹਾਂ ਮੈਂ ਉਹਨੇ ਬਾਰ-ਬਾਰ ਮਾਫੀ ਮੰਗੀ ਮੈਂ ਬਾਰ-ਬਾਰ ਸ਼ੀਸ਼ਾ ਦੇਖਣ ਬਾਰੇ ਪੁੱਛਿਆ ਪਰ ਉਹਨੂੰ ਆਪ ਪਤਾ ਨਹੀਂ ਸੀ ਇਸ ਤਰ੍ਹਾਂ ਦੀ ਹਾਲਤ 'ਚ ਸ਼ੀਸ਼ਾ ਕੇ ਵੇਖਣਾ ਚਾਹੁੰਦਾ ਸੀ ਫਿਰ ਪੁੱਛਣ ਲੱਗਾ ਉਹ ਆਦਮੀ ਕੇਰੂ ਜਿਸ ਕਾਫਲੇ ਦੀ ਗੱਲ ਸੁਣਾ ਰਿਹਾ ਸੀ ਤੁਹਾਡੀ ਕਹਾਣੀ ਹਵਾ ਵਿੱਚ ਉਸੇ ਕਾਫਲੇ ਦਾ ਜ਼ਿਕਰ ਹੈ ਮੈਂ ਦੱਸਿਆ ਉਹੀ ਕਾਫਲਾ ਸੀ ਆਪ ਜੀ ਨੇ ਬੱਚਿਆਂ ਵਾਲੀ ਘਟਨਾ ਕਿਉਂ ਨਾ ਲਿਖੀ ਇਸ ਸਵਾਲ ਦੀ ਮੈਨੂੰ ਕਾਸ ਨਹੀਂ ਸੀ ਦੱਸਣ ਨੂੰ ਬਹੁਤ ਦਲੀਲਾਂ ਦੇ ਸਕਦਾ ਸੀ ਪਰ ਮੈਨੂੰ ਲੱਗਿਆ ਜਿਵੇਂ ਉਹ ਕਹਿ ਰਿਹਾ ਹੋਵੇ ਤੁਸੀਂ ਸਿਰਫ ਉਸਤਤ ਹੀ ਲਿਖ ਸਕਦੇ ਹੋ ਆਪਣੇ ਲੋਕਾਂ ਦੀ ਮੈਂ ਇੰਨਾ ਹੀ ਕਹਿ ਦਿੱਤਾ ਧਿਆਨ ਨਹੀਂ ਰਿਹਾ ਸਵੇਰੇ 06:30 ਵਜੇ ਵਾਲੀ ਬੱਸ ਫੜ ਕੇ ਦਿੱਲੀ ਨੂੰ ਮੁੜ ਗਿਆ ਮੇਰੇ ਬਹੁਤ ਜ਼ੋਰ ਦੇਣ ਤੇ ਵੀ ਨਾ ਰੁਕਿਆ ਧੰਨਵਾਦ ਗੁਰਬਚਨ ਸਿੰਘ ਭੁੱਲਰ ਦੀ ਕਹਾਣੀ ਫੱਤੂ ਮਰਾਸੀ ਫੱਤੂ ਮਰਾਸੀ ਉਹਦੀ ਘਰ ਵਾਲੀ ਕਰੀਮਾ ਉਹਦੇ ਦੋਵੇਂ ਪੁੱਤਰ ਯੂਸਫ ਤੇ ਹਮੈਦਾ ਇੱਕ ਦਿਨ ਅਚਨ ਚੇਤ ਪਾਕਿਸਤਾਨੋਂ ਮੁੜ ਪਿੰਡ ਆ ਗਏ ਸਾਰੇ ਪਿੰਡ 'ਚ ਕਰਨ ਲਈ ਇਹੋ ਗੱਲ ਸੀ ਲੋਕ ਫੱਤੂ ਤੇ ਉਹਦੇ ਟੱਬਰ ਨੂੰ ਵੇਖਣ ਗਏ ਫੱਤੂ ਪਿੰਡ ਦੇ ਕੱਲੇ-ਕੱਲੇ ਘਰ ਫਿਰਿਆ ਉਹਨੂੰ ਜਿਵੇਂ ਚਿਰਾਂ ਦੀ ਅਣਬੁਝੀ ਤੇ ਲੱਗੀ ਸੀ ਤੇ ਉਹ ਘਰੋਂ ਘਰ ਫਿਰ ਕੇ ਮਿਲੀਆਂ ਦੀਆਂ ਘੁੱਟਾਂ ਭਰ-ਭਰ ਉਹਨੂੰ ਤ੍ਰਿਪਤ ਕਰਦਾ ਫਿਰਦਾ ਸੀ ਉਹ ਇੱਕ ਘਰੋਂ ਨਿਕਲਦਾ ਦੂਜੇ ਘਰ ਜਾ ਜਾ ਕੇ ਕਹਿੰਦਾ ਚਾਚੀ ਮੱਥਾ ਟੇਕਦਾ ਸੋਹਣ ਸਿਆਂ ਭਰਾਵਾ ਸਤਿ ਸ੍ਰੀ ਅਕਾਲ ਦਿਆਲ ਕੁਰੇ ਪ੍ਰਭਾਣੀਆਂ ਆਹ ਗੁੱਡੀ ਮਰ ਜਾਣੀ ਮੇਰੇ ਪਿੱਛੋਂ ਪਿੱਛੋਂ ਹੀ ਸੁਖ ਨਾਲ ਮੁਟਿਆਰ ਹੋਗੀ ਪਿੰਡ ਦੇ ਪੁਰਾਣੇ ਬੰਦਿਆਂ ਬੁੜੀਆਂ ਕੋਲ ਕਿੰਨਾ ਕਿੰਨਾ ਚਿਰ ਬੈਠਾ ਰਹਿੰਦਾ ਦੁੱਖ ਸੁੱਖ ਦੀਆਂ ਘਰ-ਬਾਰ ਦੀਆਂ ਸਾਖ ਸੰਬੰਧੀਆਂ ਦੀਆਂ ਗੱਲਾਂ ਪੁੱਛਦਾ ਦੱਸਦਾ ਰਹਿੰਦਾ ਲੋਕਾਂ ਨੂੰ ਮਿਲਦਿਆਂ ਉਹਦੇ ਅੰਦਰੋਂ ਅਕਸਰ ਮੋਦੀ ਇੱਕ ਛਲ ਜਿਹੀ ਉੱਠਦੀ ਉਹਦਾ ਗਲਾ ਭਰ ਆਉਂਦਾ ਕਈ ਦਿਨ ਫੱਤੂ ਪਿੰਡ ਦੀਆਂ ਗਲੀਆਂ 'ਚ ਭੋਂਦਾ ਫਿਰਿਆ ਕਰੀਮਾ ਪਿੰਡ ਦੀਆਂ ਬੁੜੀਆਂ ਨੂੰ ਮਿਲਦੀ ਦੁੱਖ ਸੁੱਖ ਕਰਦੀ ਰਹੀ ਫੱਤੂ ਸੁਖਵੰਤ ਦੇ ਪਿੰਡ ਦਾ ਜੱਦੀ ਮਰਾਸੀ ਸੀ ਪਾਕਿਸਤਾਨ ਬਣਨ ਤੋਂ ਪਹਿਲਾਂ ਜਦੋਂ ਸੁਖਵੰਤਾ ਜੀ ਵਿੰਦੇ ਦੇ ਮਿਡਲ ਸਕੂਲ ਚ ਪੜਦਾ ਸੀ ਫੱਤੂ ਦਾ ਮੁੰਡਾ ਯੂਸਫ ਉਹਦਾ ਜਮਾਤੀ ਸੀ ਭਾਵੇਂ ਯੂਸਫ ਲੱਗੀਆਂ ਦਾ ਮੁੰਡਾ ਸੀ ਪਰ ਉਹਨਾਂ ਦੋਵਾਂ ਦੀ ਵਾਵਾ ਯਾਰੀ ਸੀ ਕਈ ਵਾਰ ਸੁਖਵੰਤ ਉਹਦੇ ਨਾਲ ਉਹਦੇ ਘਰ ਚਲਾ ਜਾਂਦਾ ਜਿਸ ਦਿਨ ਯੂਸਫ ਦੀ ਸੁੰਨਤ ਹੋਈ ਸੀ ਉਹਨਾਂ ਦੇ ਘਰ ਉਹਨੇ ਰੱਜ ਰੱਜ ਸ਼ੱਕਰ ਖਾਧੀ ਸੀ ਯੂਸਫ ਆਪਣੇ ਤਾਈ ਦੇ ਪੁੱਤਰਾਂ ਧੀਆ ਦੀ ਰੀਸ ਨਾਲ ਫੱਤੂ ਨੂੰ ਚਾਚਾ ਕਹਿੰਦਾ ਸੀ ਫੱਤੂ ਸੁਖਵੰਤ ਦੇ ਬਾਪੂ ਨਾਲੋਂ ਸੀ ਵੀ ਛੋਟਾ ਤੇ ਉਹ ਵੀ ਉਹਨੂੰ ਚਾਚਾ ਆਖ ਕੇ ਬੁਲਾਉਂਦਾ 1947 ਦਾ ਸਾਲ ਚੜਿਆ ਦੂਰੋਂ ਨੇੜਿਓਂ ਮੰਦੀਆਂ ਮੰਦੀਆਂ ਕੰਸੂਆਂ ਆਉਣ ਲੱਗੀਆਂ ਪਰ ਲੋਕਾਂ ਨੂੰ ਸੱਚ ਨਹੀਂ ਸੀ ਆਉਂਦਾ ਇਹ ਕਿਵੇਂ ਹੋ ਸਕਦਾ ਸੀ ਛੇ ਕੜਕਟਾ ਵੱਡੀ ਇਸ ਇਲਾਕੇ 'ਚ ਵੀ ਸ਼ੁਰੂ ਹੋ ਗਈ ਫੱਤੂ ਦਾ ਵਿਚਾਰਲਾ ਪੁੱਤਰ ਬਸ਼ੀਰਾ ਨਾਨਕੀ ਗਿਆ ਹੋਇਆ ਸੀ ਖਬਰ ਆਈ ਉਥੇ ਸਭ ਮੁਸਲਮਾਨ ਵੱਢ ਦਿੱਤੇ ਗਏ ਹਨ ਫੱਤੂ ਦੀ ਪਿੱਛੇ ਜੀ ਵਿਆਹੀ ਧੀ ਨਿਆਮਤ ਦੇ ਸਹੁਰੇ ਪਿੰਡ ਵੀ ਇਹੋ ਪਾਣਾ ਵਰਤ ਗਿਆ ਸੀ ਪਰ ਕਿਸੇ ਦੀ ਖਬਰ ਲੈਣ ਦੀ ਸੁਰਤ ਕਿਹਨੂੰ ਸੀ ਗੱਲਾਂ ਹੋਣ ਲੱਗੀਆਂ ਕਿ 2-4 ਦਿਨਾਂ ਵਿੱਚ ਹੀ ਇਲਾਕੇ ਦੀਆਂ ਧਾੜਾਂ ਨੇ ਪਿੰਡ ਤੇ ਧਾਵਾ ਬੋਲਣਾ ਸੀ। ਖੁਦ ਇਸ ਪਿੰਡ ਦੇ ਬਦਮਾਸ਼ ਗੰਡਾਸੀ ਰੇਤਣ ਲੱਗ ਪਏ ਸਨ। ਕੁਝ ਜ਼ੋਰ ਵਾਲੇ ਸਿਆਣੇ ਲੋਕਾਂ ਨੇ ਸਲਾਹ ਕੀਤੀ ਤੇ ਪਿੰਡ ਦੇ ਸਾਰੇ ਮੁਸਲਮਾਨਾਂ ਨੂੰ ਪਹਿਰੇ ਹੇਠ ਫਿਰੋਜ਼ਪੁਰ ਕੋਲੋਂ ਹੱਦ ਪਾਰ ਕਰਵਾ ਦਿੱਤੀ। ਪਿੱਛੋਂ ਪਤਾ ਲੱਗਿਆ ਬਸ਼ੀਰੇ ਦੇ ਸਿਰ 'ਚ ਵੱਜਿਆ ਗੰਡਾਸਾ ਉਹਦੇ ਨੱਕ ਤੱਕ ਤਸ ਗਿਆ ਸੀ ਤੇ ਨਿਆਮਤ ਦੇ ਘਰ ਵਾਲਿਆਂ ਨੂੰ ਵੱਢ ਕੇ ਬਾਦਸ਼ਾਹ ਨੂੰ ਬਦਮਾਸ਼ ਉਹਨੂੰ ਚੁੱਕ ਕੇ ਲੈ ਗਏ ਸਨ। ਉਧਰੋਂ ਫੱਤੂ ਦੀਆਂ ਪਿੰਡ ਦੇ ਹੋਰ ਕਈ ਮੁਸਲਮਾਨਾਂ ਦੀਆਂ ਚਿੱਠੀਆਂ ਆਉਣ ਲੱਗੀਆਂ ਉਹ ਜੋ ਕੁਝ ਤਰਦਾ ਤਰਦਾ ਘਰਾਂ ਤੋਂ ਚੁੱਕ ਕੇ ਲੈ ਗਏ ਸੀ ਉਹ ਹੱਦ ਪਾਰ ਕਰਦਿਆਂ ਖਵਾ ਗਏ ਸਨ ਤੇ ਮੌਮਨਾ ਦੀ ਧਰਤੀ ਉੱਤੇ ਉਹਨਾਂ ਨੇ ਖਾਲੀ ਹੱਥੀ ਪੈਰ ਪਾਇਆ ਸੀ ਫੱਤੂ ਦੀਆਂ ਕਈ ਚਿੱਠੀਆਂ ਸੁਖਵੰਤ ਦੇ ਬਾਪੂ ਸੇਵਾ ਸਿੰਘ ਨੂੰ ਆਈਆਂ ਉਹਨਾਂ ਚਾਮ ਸੁਖ ਸੰਤ ਤੋਂ ਇਲਾਵਾ ਇੱਕੋ ਗੱਲ ਪੁੱਛੀ ਹੁੰਦੀ ਬਸ਼ੀਰੇ ਤੇ ਨਿਆਮਤ ਦੇ ਥੋਪਤੇ ਬਾਰੇ ਪਿੱਛੇ ਰਹਿ ਗਈ ਮੁਟਿਆਰਤੀ ਤੇ ਜਵਾਨ ਮੁੰਡਾ ਜਦੋਂ ਫੱਤੂ ਨੂੰ ਯਾਦ ਆਉਂਦੇ ਉਹਦੀ ਧਾਰ ਨਿਕਲ ਜਾਂਦੀ ਇਹ ਰੁੱਧਨੋ ਦੀਆਂ ਚਿੱਠੀਆਂ ਵਿੱਚੋਂ ਡੁੱਲ ਡੁੱਲ ਪੈਂਦਾ। ਉਹਨੇ ਹਿੰਦੁਸਤਾਨ 'ਚ ਰਹਿ ਗਏ ਬੰਦੇ ਲਿਆਉਣ ਵਾਲੀ ਪਾਕਿਸਤਾਨੀ ਪੁਲਿਸ ਕੋਲ ਮੋੜ ਮੋੜ ਨੱਕ ਰਗੜਿਆ ਵੀ ਉਹਨੂੰ ਵੀ ਨਾਲ ਲੈ ਜਾਣ। ਤਾਂ ਜੋ ਆਪਣੀਆਂ ਆਂਦਰਾਂ ਦੇ ਟੋਟੇ ਪਾੜ ਲਿਆਵੇ। ਪਰ ਉਹਨੂੰ ਹਰ ਵਾਰੇ ਹੀ ਉੱਤਰ ਮਿਲਦਾ ਕਿ ਉਧਰੋਂ ਪਤਾ ਮੰਗਵਾਵੇ ਉਹਦੇ ਧੀ ਪੁੱਤਰ ਕਿੱਥੇ ਸਨ ਤੇ ਉਹ ਉਹਨੂੰ ਨਾਲ ਲੈ ਕੇ ਕਢਵਾ ਲਿਆਉਣਗੇ। ਉਹ ਸੇਵਾ ਸਿੰਘ ਨੂੰ ਬੇਨਤੀਆਂ ਕਰਦਾ ਕਿ ਉਹ ਬਸ ਇੱਕ ਵਾਰ ਉਹਦੇ ਬੱਚਿਆਂ ਦੇ ਥਾਂ ਟਿਕਾਣੇ ਦੀ ਸੂਹ ਲੈ ਦੇਵੇ। ਪਰ ਸੇਵਾ ਸਿੰਘ ਦਾ ਹੌਸਲਾ ਨਾ ਪਿਆ ਵੀ ਉਹ ਸੱਚ ਲਿਖ ਭੇਜੇ। ਉਹਨੇ ਜਵਾਬ ਵਿੱਚ ਲਿਖ ਦਿੱਤਾ ਕਿ ਉਹਨੇ ਦੋਹੀ ਉਹਨੀ ਦੋਹੀ ਪਿੰਡੀ ਕੁਝ ਮੁਸਲਮਾਨ ਮਾਰੇ ਗਏ ਹਨ ਤੇ ਬਾਕੀ ਬਚ ਕੇ ਭੱਜ ਗਏ ਸਨ। ਬਸ਼ੀਰੇ ਤੇ ਕੁੜੀ ਦਾ ਕੋਈ ਪਤਾ ਨਹੀਂ ਸੀ ਕੀ ਬਣਿਆ। ਫਿਰ ਇਹ ਚਿੱਠੀਆਂ ਵੀ ਬੰਦ ਹੋ ਗਈਆਂ। ਅਸਮਾਨ ਉੱਤੇ ਚੜੀ ਨੇਰੀ ਉਤਰ ਗਈ। ਲੋਕੀ ਕੀਤੇ ਹੋਏ। ਲੋਕੀ ਕੀਤੇ ਉੱਤੇ ਪਛਤਾਉਣ ਲੱਗੇ। ਫਤੂ ਮਰਾਸੀ ਵਰਗੇ ਬੰਦੇ ਅਕਸਰ ਯਾਦ ਕੀਤੇ ਜਾਂਦੇ। ਸੁਖਵੰਤ ਤੋਂ ਆਪਣਾ ਬੇਲੀ ਯੂਸਫ ਭੁਲਾਇਆ ਨਾ ਭੁੱਲਦਾ। ਪਰੇ ਬੀਤੇ ਬੀਤਦੇ ਗਏ 47 ਤੋਂ ਪਹਿਲਾਂ ਦੀਆਂ ਗੱਲਾਂ 47 ਤੋਂ ਪਹਿਲਾਂ ਦੇ ਬੰਦੇ ਲੋਕਾਂ ਦੇ ਚੇਤਿਆਂ 'ਚ ਕੁਝ ਮੱਧ ਪੈਣ ਲੱਗ ਪਏ। ਸੁਖਵੰਤ ਕਈ ਵਾਰ ਫੱਤੂ ਦੇ ਘਰ ਕੋਲ ਲੰਘਦਾ ਤਾਂ ਉਹਦੇ ਪੈਰ ਜਿਵੇਂ ਰੁਕ ਜਾਂਦੇ। ਉਹਨਾਂ ਦਾ ਘਰ ਕਿਸੇ ਨੂੰ ਅਲਾਟ ਨਹੀਂ ਸੀ ਹੋਇਆ। ਇਸ ਪਿੰਡ ਦੇ ਸਾਰੇ ਮੁਸਲਮਾਨ ਬੇਜ਼ਮੀਨੇ ਲੱਗੀ ਸਨ। ਜ਼ਮੀਨਾਂ ਵਾਲੇ ਮੁਸਲਮਾਨਾਂ ਦੇ ਪਿੰਡਾਂ ਦੀਆਂ ਘਰ ਜ਼ਮੀਨਾਂ ਪਾਕਿਸਤਾਨ ਆਏ ਲੋਕਾਂ ਨੂੰ ਅਲਾਟ ਹੋ ਗਈਆਂ ਸਨ। ਪਰ ਇਹੋ ਜੇ ਪਿੰਡਾਂ 'ਚ ਨਾ ਕੋਈ ਪਾਕਿਸਤਾਨੀ ਆਇਆ ਨਾ ਮੁਸਲਮਾਨਾਂ ਦੇ ਘਰਾਂ ਦਾ ਕੁਝ ਬਣਿਆ ਜਾਂ ਉਹ ਨਾਲ ਲੱਗਦੇ ਘਰਾਂ ਵਾਲਿਆਂ ਨੇ ਰੋਕ ਲਏ ਤੇ ਜਦ ਸੁਨੇ ਭਏ ਟਹਿ ਗਏ ਲੋਕਾਂ ਨੇ ਉੱਥੇ ਰੂੜੀਆਂ ਲਾ ਲਈਆਂ ਫੱਤੂ ਦੇ ਘਰ ਦੇ ਇੱਟਾਂ ਰੋੜੇ ਹੌਲੀ-ਹੌਲੀ ਇੱਧਰ-ਉੱਧਰ ਹੋ ਗਏ ਹੁਣ ਉੱਥੇ ਰੜਾ ਮੈਦਾਨ ਸੀ ਜਿੱਥੇ ਆਮ ਕਰਕੇ ਰਿਆ ਡੰਗਰ ਬੈਠੇ ਗਾਲੀ ਕਰਦੇ ਰਹਿੰਦੇ ਤੇ ਜਦੋਂ ਫੱਤੂ ਮਰਾਸੀ ਉਹਦੀ ਘਰਵਾਲੀ ਕਰੀਮਾ ਉਹਦੇ ਪੁੱਤਰ ਯੂਸਫ ਤੇ ਹਮੀਦਾ ਮੁੜ ਕੇ ਪਿੰਡ ਆਏ ਘਰ ਦੀ ਥਾਂ ਰੜਾ ਮੈਦਾਨ ਵੇਖ ਕੇ ਇੱਕ ਵਾਰ ਤਾਂ ਉਹ ਦਿਲਗੀਰ ਹੋ ਗਏ ਪਰ ਲੋਕਾਂ ਨੇ ਉਹਨਾਂ ਨੂੰ ਦਲਾਸਾ ਦਿੱਤਾ ਜੀ ਉਹ ਨੂੰ ਰਹਿਣ ਲਈ ਆਏ ਸਨ ਕੋਈ ਫਿਕਰ ਵਾਲੀ ਗੱਲ ਨਹੀਂ ਸੀ ਸਭ ਉਹਨਾਂ ਦੇ ਨਾਲ ਸਨ ਕਿਤੋਂ ਕੱਚੀਆਂ ਇੱਟਾਂ ਕਿਤੋਂ ਪੱਕੇ ਰੋੜੇ ਕਿਤੋਂ ਛਤੀਰ ਕਿਤੋਂ ਕੜੀ ਤਫਤੂ ਮਰਾਸੀ ਨੇ ਦੋ ਕੋਠੜੀਆਂ ਛੱਤ ਕੇ ਬਾਹਰਲੀ ਕੰਧ ਕਢਵਾ ਲਈ ਕਈ ਦਿਨ ਉਹ ਘਰ ਘਰ ਅੱਲਾ ਖੈਰ ਗੰਜਾਉਂਦਾ ਲੁੜਿੰਦੀਆਂ ਚੀਜ਼ਾਂ ਲਿਆਉਂਦਾ ਫਿਰਿਆ ਕੋਠੜੀਆਂ ਦੀ ਚਤਾਈ ਤੋਂ ਵਿਹਲਾ ਹੋ ਕੇ ਉਹਨੇ ਨਵੇਂ ਬਦਲ ਕੇ ਆਏ ਕਿਸੇ ਕਰਮਚਾਰੀ ਵਾਂਗ ਆਪਣੀ ਥਾਂ ਸੰਭਾਲ ਲਈ ਪਿੰਡ 'ਚ ਕਿਸੇ ਦੇ ਵਿਆਹ ਹੁੰਦਾ ਜਾਂ ਮਰਨਾ ਉਹ ਲੱਖੈਰ ਆ ਕੇ ਵੇੜੇ 'ਚ ਆ ਬੈਠਦਾ ਜੋ-ਜੋ ਕੰਮ ਕਹੇ ਜਾਂਦੇ ਉਹ ਭੱਜ-ਭੱਜ ਕਰਦਾ ਰਹਿੰਦਾ ਜਿਸ ਜਿਸ ਬੰਦੇ ਨੂੰ ਬੁਲਾਉਣ ਲਈ ਕਿਹਾ ਜਾਂਦਾ ਉਹ ਭੱਜ-ਭੱਜ ਬੁਲਾ ਲਿਆ ਹੁੰਦਾ ਉਹਦਾ ਛੋਟਾ ਪੁੱਤਰ ਹਮੀਦਾ ਜਿਨੇ ਪਾਕਿਸਤਾਨ 'ਚ ਨਾਈ ਦਾ ਕੰਮ ਸਿੱਖ ਲਿਆ ਸੀ ਸ਼ਹਿਰ ਦੇ ਇੱਕ ਹਜਾਮ ਕੋਲ ਨੌਕਰ ਹੋ ਰਹਿ ਪਿਆ ਤੇ ਉਹਦਾ ਵੱਡਾ ਪੁੱਤਰ ਯੂਸਫ ਵਿਆਹ ਸਾਇਆਂ ਦੀਆਂ ਗੰਡਾਂ ਜਾਂ ਸੋਕ ਦੀਆਂ ਸੁਣਾਉਣੀਆਂ ਦੇਣ ਲੋਕਾਂ ਦੀ ਸਾਖ ਸਕੀਰੀਆਂ ਵਾਲੇ ਪਿੰਡਾਂ 'ਚ ਜਾਂਦਾ ਹਾੜੀ ਦੀ ਫਸਲ ਪੱਕਣ ਤੇ ਆ ਗਈ ਹੁਣ ਤੱਕ ਫੱਤੂ ਨੇ ਕੁਝ ਪੈਸੇ ਤਾਂ ਆਪ ਜੋੜ ਲਏ ਕੁਝ ਰਕਮ ਉਹਨੇ ਘਰ ਘਰ ਤੋਂ ਗ੍ਰਾਹ ਲਈ ਤੇ ਇੱਕ ਟੱਟੂ ਤੇ ਇੱਕ ਠੇਰ ਖਰੀਦ ਲਏ ਹਾੜੀਆਂ ਵੱਡ ਦੇ ਜੱਟਾਂ ਤੋਂ ਉਹਨੇ ਲਾਂਗਾ ਲੈ ਲੈ ਵਾਵਾ ਹੱਥ ਸੁਖਾਲਾ ਕਰ ਲਿਆ ਤੇ ਉਹ ਪਹਿਲਾਂ ਵਾਂਗੀ ਸੌਖੇ ਦਿਨ ਲੰਗਾਉਣ ਲੱਗੇ ਪਾਵੇਂ ਫਤੂ ਹੁਣ ਉਸੇ ਤਰ੍ਹਾਂ ਸੰਤੁਸ਼ਟ ਸੀ ਜਿਵੇਂ ਕੋਈ ਦੇਸ਼ ਨਿਕਾਲਾ ਕੱਟ ਕੇ ਵਾਪਸ ਆਇਆ ਮਨ ਨੂੰ ਖੋ ਸਕਦਾ ਪਰ ਬਸ਼ੀਰੇ ਤੇ ਨਿਆਮਤ ਦੀ ਯਾਦ ਉਹਦੀ ਇੱਕ ਚਫੋੜਾ ਬਣ ਗਈ ਸੀ ਕਈ ਵਾਰ ਉਹ ਘਰ ਦੇ ਵਿਹੜੇ ਦੀ ਕੰਧ ਨਾਲ ਪਿੱਠ ਲਾ ਕੇ ਬੈਠ ਜਾਂਦਾ ਤੇ ਹੂਕੇ ਦੀ ਨੜੀ ਮੂੰਹ 'ਚ ਲੈ ਕੇ ਅੱਖਾਂ ਮੀਟ ਲੈਂਦਾ ਉਹਨੂੰ ਲੱਗਦਾ ਜਿਵੇਂ ਬਸ਼ੀਰਾ ਤੇ ਨਿਆਮਤ ਵਿਹੜੇ 'ਚ ਖੇਡ ਰਹੇ ਹੋਣ ਗਲੀ ਗਲੀ 'ਚ ਭੱਜ ਰਹੇ ਹੋਣ ਜਿਵੇਂ ਬਸ਼ੀਰਾ ਬਸਤਾ ਬੰਨ ਕੇ ਸਕੂਲ ਜਾ ਰਿਹਾ ਹੋਵੇ ਤੇ ਨਿਆਮਤ ਕਰੀਮਾ ਨਾਲ ਕੰਮ 'ਚ ਹੱਥ ਵਟਾ ਰਹੀ ਹੋਵੇ ਤੇ ਫਿਰ ਉਹਨੂੰ ਉਹ ਕਿਆਰ ਪਰ ਇਹ ਦਿਨ ਯਾਦ ਆਉਂਦੇ ਅੱਗੋਂ ਤੋਂ ਕੁਝ ਸੋਚਿਆ ਨਾ ਜਾਂਦਾ ਹੁੱਕੇ ਦੀ ਨਾੜੀ ਉਹਦੀ ਖਾਕ ਵਿੱਚੋਂ ਬਾਹਰ ਲਟਕ ਜਾਂਦੀ ਤੇ ਦੋ ਪਤਲੀਆਂ ਧਾਰਾਂ ਬਣ ਕੇ ਉਹਦੇ ਹੰਝੂ ਗੱਲਾਂ ਉਤੋਂ ਦੀ ਵਾਕੇ ਦਾੜੀ ਉਤੋਂ ਡਿੱਗ ਪੈਂਦੇ ਉਹ ਮਨ ਨੂੰ ਢਾਰਸ ਬਣਾਉਂਦਾ ਤੇ ਕੁੜਤੇ ਦੇ ਲੜ ਨਾਲ ਅੱਖਾਂ ਪੁੰਝ ਕੇ ਸੰਭਲ ਜਾਂਦਾ ਕਮਾਤੰਦਿਆਂ ਚ ਆਪਣੇ ਆਪ ਨੂੰ ਗਵਾ ਕੇ ਜਿਵੇਂ ਸਭ ਕੁਝ ਭੁੱਲ ਜਾਂਦਾ ਯਤਨ ਕਰਦਾ ਰਹਿੰਦਾ ਇੱਕ ਦਿਨ ਮੰਡੀ ਨੂੰ ਜਾਂਦੇ ਸੁਖਵੰਤ ਨੂੰ ਰਾਜ ਫੱਤੂ ਮਿਲ ਪਿਆ ਤੇ ਉਹਨੇ ਉਹਦੇ ਤਾਏ ਦੇ ਪੁੱਤਰ ਦੇ ਵਿਆਹ ਦੀ ਤਾਰੀਖ ਪੁੱਛੀ ਸੱਤ ਦਿਨ ਦੱਸੇ ਜਾਣ ਤੇ ਬੋਲਿਆ ਚੰਗੀ ਗੱਲ ਪ੍ਰਭਾ ਉਦੋਂ ਤੱਕ ਮੈਂ ਬੋੜਾਂ ਵਾਲੀ ਟਾਪ ਪਟਵਾ ਲਵਾਂ ਏਹਨ ਲੱਗਦਾ ਜਿਵੇਂ ਮੇਰੇ ਮਗਰੋਂ ਨਗਰ ਖੇੜਾ ਟਾਪ ਪੁੱਟਣੀ ਭੁੱਲ ਗਿਆ ਮੀ ਬਹਿਣਗੇ ਪੱਟੇ ਹੋਏ ਟੋਬੇ 'ਚ ਮੱਝਾਂ RAM ਨਾਲ ਤਾਂ ਬੈਠਣਗੇ ਨਾਲੇ ਟਾਮ ਕਿਨਾਰੇ ਦੇ ਸਾਰੇ ਪਿਪਲਾਂ ਬੋੜਾਂ ਦਵਾਲਿਆਂ ਮਿੱਟੀ ਖੁਰਖੁਰ ਕੇ ਉਹਨਾਂ ਦੀਆਂ ਜੜਾਂ ਨੰਗੀਆਂ ਹੋਈਆਂ ਪਈਆਂ ਨੇ ਪਾਕਿਸਤਾਨ ਬਣਨ ਤੋਂ ਪਹਿਲਾਂ ਹਰ ਸਾਲ ਫਤੂਆਰ ਕਰਦਾ ਬੋੜਾਂ ਵਾਲੀ ਢਾਬ ਪੁੱਟੀ ਜਾਂਦੀ ਉਹਦਾ ਢੋਲ ਗੂੰਜਦਾ ਹੋਰ ਗੂੰਜਦਾ ਰਹਿੰਦਾ ਕਈਆਂ ਡੂੰਗੀਆਂ ਹੋਰ ਡੂੰਗੀਆਂ ਦਸਦੀਆਂ ਰਹਿੰਦੀਆਂ ਚੁਫੇਰੇ ਖੜੇ ਦਰਖਤਾਂ ਹੇਠ ਚੌਂਤਰੇ ਵੱਜ ਜਾਂਦੇ ਇਹਨਾਂ ਸਾਲਾਂ 'ਚ ਇੱਕ ਦੋ ਵਾਰ ਢਾਬ ਦੀ ਮਿੱਟੀ ਕੱਢੀ ਤਾਂ ਗਈ ਪਰ ਨਾ ਬਰਾਬਰ ਸੁਖਵੰਤ ਨੇ ਕਿਹਾ ਚਾਚਾ ਤੇਰੇ ਬਿਨਾਂ ਜੇ ਢਾਬ ਪੱਟੀ ਵੀ ਤਾਂ ਵੀ ਨਾ ਹੋਇਆ ਵਰਗੀ ਤੂੰ ਹੀ ਹਿੰਮਤ ਕਰੇ ਤਾਂ ਗੱਲ ਬਣੇ ਤੇ ਫੱਤੂ ਨੇ ਢਾਬ ਪੁੱਟਣ ਦਾ ਹੋਕਾ ਦੇ ਦਿੱਤਾ ਅਗਲੇ ਦਿਨ ਲੋਕ ਕਈਆਂ ਲੈ ਕੇ ਜਾਜੂਟੇ ਫੱਤੂ ਢੋਲ ਵਜਾਉਂਦਾ ਹੋਇਆ ਕਦੀ ਟਾਪ ਪੁੱਟ ਦੇਣ ਨੂੰ ਹੱਲਾ ਸ਼ੇਰੀ ਦਿੰਦਾ ਤੇ ਕਦੀ ਪਿੰਡ ਵਿੱਚ ਗੇੜਾ ਦੇ ਕੇ ਹੋਰ ਲੋਕਾਂ ਨੂੰ ਘਰਾਂ ਵਿੱਚੋਂ ਕੱਢਦਾ ਬੁੜੀਆਂ ਨੂੰ ਗੁੜਚਾ ਤੇ ਦੁੱਧ ਭੇਜਣ ਦੀ ਆਖਦਾ ਤਿੰਨ ਦਿਨਾਂ 'ਚ ਲੋਕਾਂ ਨੇ ਭੂਤਾਂ ਵਾਂਗ ਲਾ ਕੇ ਸਾਰੀ ਟਾਪ ਪੁੱਟ ਛੁੱਟੀ ਤੇ ਫੱਤੂ ਨੇ ਢੋਲ ਗਲੋਂ ਲਾਇਆ ਕੱਲ ਤੋਂ ਸੁਖਵੰਤ ਦੇ ਤਾਏ ਦੇ ਘਰ ਵਿਆਹ ਚ ਉਰੀ ਵਾਂਗ ਘੁੰਮਦਾ ਫਿਰਦਾ ਸੀ ਇਸ ਵਿਆਹ ਚ ਲਿਖਾ ਪੜੀ ਵਾਲਾ ਗਿਣਤੀ ਮਿੰਤੀ ਵਾਲਾ ਸਾਰਾ ਕੰਮ ਸੁਖਵੰਤ ਜਿੰਮੇ ਲੱਗਾ ਸੀ ਕੱਲ ਮੰਜੇ ਬਿਸਤਰੇ ਇਕੱਠੇ ਕੀਤੇ ਗਏ ਫਤੂ ਦੋ ਲਾਗੀਆਂ ਨੂੰ ਨਾਲ ਲੈ ਕੇ ਸੱਤ ਅੱਠ ਘਰ ਪੁੱਛ ਜਾਂਦਾ ਵਾਪਸ ਆ ਕੇ ਕੱਲੇ-ਕੱਲੇ ਮੰਜੇ ਬਿਸਤਰੇ ਉੱਤੇ ਸੁਖਵੰਤ ਤੋਂ ਮਾਲਕ ਦੇ ਨਾਂ ਵਾਲੀਆਂ ਪਰਚੀਆਂ ਲਵਾ ਦਿੰਦਾ ਤੇ ਅੱਜ ਪਿਛਲੇ ਪੈਰ ਨਿਉਂਦਾ ਪੈਣਾ ਸੀ ਤੇ ਸੁਖਵੰਤ ਨੇ ਤਾਏ ਦੀ ਵਹੀ ਫਰੋਲ ਕੇ ਜਿਨ੍ਹਾਂ ਘਰਾਂ ਨਾਲ ਉਹਨਾਂ ਨੇ ਉਹਦੇ ਸਲਾਮੀ ਦਾ ਲੈਣ ਦੇਣ ਸੀ ਉਹਨਾਂ ਘਰਾਂ ਦੀ ਸੂਚੀ ਕਾਪੀ ਤੇ ਬਣਾ ਲਈ ਫੱਤੂ ਨੇ ਸੁਖਵੰਤ ਨੂੰ ਕਿਹਾ ਵੀ ਉਹ ਉਹਨੂੰ ਇੱਕ ਪਾਸੇ ਦੇ 15-20 ਘਰ ਗਿਣਾ ਦੇਵੇ ਫਿਰ ਉਹ ਦੂਜੇ ਪਾਸੇ ਘਰਾਂ ਦੇ ਨਾਂ ਪੁੱਛ ਕੇ ਉਧਰ ਚਲਾ ਜਾਊਗਾ ਸੁਖਵੰਤ ਨੇ ਫੱਤੂ ਨੂੰ ਇੱਕੋ ਪਾਸੇ ਦੇ 18 ਘਰ ਗਿਣਾ ਦਿੱਤੇ ਉਹਨੇ ਇੱਕ ਵਾਰ ਉਹਨਾਂ ਸਾਰੇ ਘਰਾਂ ਦਾ ਨਕਸ਼ਾ ਦਿਮਾਗ 'ਚ ਬਣਾਇਆ ਫਿਰ ਆਪਣੀ ਤਰਤੀਬ ਅਨੁਸਾਰ ਉਹਨੇ 18 ਦੇ 18 ਘਰ ਸੁਖਵੰਤ ਸਾਹਮਣੇ ਗਿਣੇ ਚਾਰੇ ਘਰ ਦਫੇਦਾਰਾਂ ਦੇ ਤਿੰਨੇ ਘਰ ਸਰਪੰਚ ਦੇ ਤਿੰਨੇ ਘਰ ਲੰਗ ਪੈ ਰਹਿਆਂ ਦੇ ਦੋਵੇਂ ਘਰ ਚਿੜੀ ਮਾਰਾਂ ਦੇ ਸੁਰਜਨ ਕਾ ਗੋਦੇ ਕਾ ਮੱਖਣ ਸਿਉ ਕਾ ਦਰਬਾਰ ਸਿਉ ਕਾ ਦਿਆਲੇ ਕਾ ਸੁਰਤੇ ਕਾ ਤੇ ਉਹ ਖੱਬੇ ਮੋੜੇ ਉੱਤੇ ਪਰਨਾ ਠੀਕ ਕਰਦਿਆਂ ਨਿਮ ਨਾਲ ਖੜੀ ਕੀਤੀ ਹੋਈ ਸੁੱਟੀ ਚੁੱਕ ਕੇ ਤਿੱਖੀ ਤੁਰ ਤੁਰ ਗਿਆ ਸੁਖਵੰਤ ਫੱਤੂ ਦੇ ਤੇ ਮਰਾਸੀ ਜਾਤ ਦੇ ਚੇਤੇ ਬਾਰੇ ਸੋਚਦਾ ਨਿਮ ਖੁੰਡ ਤੇ ਬੈਠ ਗਿਆ ਪਾਕਿਸਤਾਨ ਬਣਨ ਤੋਂ ਪਹਿਲਾਂ ਖੁਸ਼ੀ ਗਮੀ ਦੇ ਵਿਆਹ ਸੋਗ ਦੇ ਹਰ ਮੌਕੇ ਤੇ ਪਿੰਡਾਂ ਚ ਮਰਾਸੀ ਹਾਜ਼ਰ ਹੁੰਦੇ ਇੱਕ ਵਾਰ ਗੱਲ ਸਮਝਾ ਦਿਓ ਘਰ ਗਿਣਾ ਦਿਓ ਬੰਦੇ ਦੱਸ ਦਿਓ ਕੀ ਮਜਾਲ ਇੱਕ ਵੀ ukai ਹੋ ਜਾਏ ਨਾ ਕੰਮ ਤੋਂ ਟਲਣਾ ਨਾ ਕਣਾ ਨਾ ਥਕਣਾ ਕਈ ਦਿਨ ਹੋਏ ਸੁਖਵੰਤ ਗੁਰਦੁਆਰੇ ਅਖਬਾਰ ਪੜਨ ਗਿਆ ਤਾਂ ਭਾਈ ਜੀ ਵੀ ਫਤੂ ਨੂੰ ਕਹਿ ਰਿਹਾ ਸੀ ਮਰਦਾਨੇ ਕਿਹਾ ਤੇਰੇ ਬਿਨਾ ਬੜੀ ਹੌਕ ਕੱਟੀ ਆਪਣੇ ਪਿੰਡ ਦੇ ਤਾਂ ਕੀਰਤਨੀਏ ਸਿੰਘ ਹੀ ਇਕੱਠੇ ਕਰਨੇ ਕਿਸੇ ਯੋਧੇ ਦਾ ਕੰਮ ਹੈ ਤੇਰੇ ਮਗਰੋਂ ਚੌਕੀਦਾਰ ਨੂੰ ਕਹਿੰਦਾ ਸੀ ਤਾਂ ਜਿਵੇਂ ਸੱਪ ਲੜ ਜਾਂਦਾ ਸੀ ਉਹਦੇ ਹਰ ਵਾਰ ਇਹੋ ਕਹਿੰਦਾ ਪਾਈ ਜੀ ਇੱਕ ਕੀਰਤਨੀਆਂ ਸਿੱਖ ਪਿੰਡ ਦੇ ਇੱਕ ਸਿਰੇ ਦੂਜਾ ਦੂਜੇ ਸਿਰੇ ਤੀਜਾ ਤੀਜੇ ਸਿਰੇ ਮੇਰੇ ਤਾਂ ਗੋਡੇ ਰਹਿ ਜਾਂਦੇ ਆ ਤੇ ਫਤੂ 47 ਤੋਂ ਪਹਿਲਾਂ ਵਾਂਗੀ ਜਿਸ ਦਿਨ ਕਿਸੇ ਦੀ ਆਸਾ ਦੀ ਵਾਰ ਦਾ ਕੀਰਤਨ ਹੋਣਾ ਹੁੰਦਾ ਸਵੇਰੇ ਕੁੱਕੜ ਦੀ ਪਹਿਲੀ ਬਾਗ ਨਾਲ ਉੱਠਦਾ ਸਾਰੇ ਕੀਰਤਨੀਆਂ ਨੂੰ ਘਰ ਘਰ ਜਾ ਕੇ ਕੱਢਦਾ ਫਿਰ ਵਾਜਾ ਵਜਾਉਣ ਵਾਲੇ ਨੇਤਰਹੀਣ ਆਨੰਦ ਸਿੰਘ ਨੂੰ ਡੋਲਿਓਂ ਫੜ ਕੇ ਡੋਲਿਓਂ ਫੜ ਕੇ ਆਪ ਕੀਰਤਨ ਨਾਲੇ ਘਰ ਜਾਪਉਣਦਾ ਜਾਪੂਜਦਾ ਫਤੂ ਉਹਨੇ 18 ਘਰੀਆਂ ਆਕੇ ਮੁੜਿਆ ਤਾਂ ਰਾਜ ਸੰਤੇ ਨਾਈ ਦੇ ਦਰਵਾਜ਼ੇ 'ਚ ਪੇਕੀ ਮਿਲਣ ਆਈ ਉਹਦੀ ਭੈਣ ਹਰਕੌਰ ਬੈਠੀ ਸੀ। ਹੋਰ ਟੱਬਰ ਅੰਦਰ ਸੀ ਸੁਖਸੰਤ ਪੁੱਜ ਕੇ ਫਤੂ ਹਰਕੌਰ ਦੇ ਮੰਜੇ ਕੋਲ ਪੁੰਜੇ ਬੈਠ ਗਿਆ। ਉਹ ਬੀਤੇ ਸਮੇਂ ਦੀ ਉਸ ਸਵਾਹ ਨੂੰ ਫਰੋਲਦੇ ਰਹੇ। ਜਿਹੜੀ ਕਦੀ ਲੱਟ ਲੱਟ ਬਲਦੀ ਅੱਗ ਸੀ ਤੇ ਹੁਣ ਸਮੇਂ ਦੀਆਂ ਸੱਟਾਂ ਨਾਲ ਉਮਰ ਦੇ ਬੀਤਣ ਨਾਲ ਬੁਝਿਆਂ ਵਰਗੀ ਹੋਈ ਪਈ ਸੀ। ਉੱਠਣ ਲੱਗਿਆ ਫਤੂ ਆਪਣੀ ਕਮੀਜ਼ ਦੀ ਬਾਹਾਂ ਚਾੜ੍ਹਦਿਆਂ ਬੋਲਿਆ ਹੁਣ ਤਾਂ ਹਰ ਰੇ ਢੋਲੇ ਵੀ ਆ ਗਏ। ਇੱਕ ਵਾਰੀ ਇੱਧਰ ਸਭ ਕੁਝ ਛੱਡਿਆ ਦੂਜੀ ਵਾਰੀ ਉੱਧਰ ਸਭ ਕੁਝ ਛੱਡਿਆ ਪਰ ਗੁਰੂ ਸਰ ਦੇ ਮੇਲੇ ਤੋਂ ਲਿਆਂਦਾ ਤੇਰਾ ਚਾਂਦੀ ਦਾ ਤਵੀਤ ਅਜੇ ਵੀ ਮੇਰੇ ਡੋਲੇ ਨਾਲ ਬੰਨਿਆ ਹੋਇਆ ਹੈ ਇਹ ਤੋਂ ਅੱਗੇ ਉਹਨਾਂ ਦੇ ਕਰਨ ਵਾਲੀ ਕੋਈ ਗੱਲ ਨਹੀਂ ਸੀ ਰਹੀ ਉੱਥੋਂ ਉੱਠ ਕੇ ਬੜੇ ਕਾਲੇ ਕਾਲੇ ਪੈਰਾਂ ਸੁਖਵੰਤ ਦੇ ਘਰ ਵੱਲ ਤੁਰ ਪਿਆ ਅੱਲਾ ਖੈਰ ਆ ਕੇ ਫਤੂ ਸੁਖਵੰਤ ਦੇ ਸਾਹਮਣੇ ਖਲੋ ਗਿਆ ਲੈ ਪ੍ਰਭਾ ਉਹਨੇ ਠਾਰੀ ਘਰੀ ਹੋਇਆ ਕਾਪੀ ਖੋਲ ਕੇ ਮਲਾ ਲਏ ਕਿਸੇ ਹੋਰ ਦੇ ਨਾ ਕਿਹਾ ਹਾਂ ਤੇ ਉਹਨੇ ਫਿਰ ਫਟਾਫਟ ਘਰ ਬਣਾਉਣੇ ਸ਼ੁਰੂ ਕਰਤੇ ਤਾਰੇ ਘਰ ਦਾ ਫੇਦਾਰਾ ਦੇ ਤਿੰਨੇ ਘਰ ਸਰਪੰਚ ਦੇ ਤਿੰਨੇ ਘਰ ਲੰਗ ਪਹਿਰਿਆਂ ਦੇ ਦੋਵੇਂ ਘਰ ਚਿੜੀ ਮਾਰਾਂ ਦੇ ਸੁਰਜਨਕ ਡੈਸ਼ ਡੈਸ਼ ਬਸ ਬਸ ਠੀਕ ਹੈ ਚਾਚਾ ਭਲਾ ਤੂੰ ਭੁੱਲ ਕੇ ਹੋਰ ਕਿਸੇ ਘਰ ਆਖ ਦੇਵੇਂ ਸੁਖਵੰਤ ਬੋਲਿਆ ਚਾਹ ਹੁੰਦੀ ਹੈ ਦੂਜੇ ਪਾਸੇ ਪੀ ਕੇ ਹੀ ਜਾਈ ਫੱਤੂ ਉਹਦੇ ਸਾਹਮਣੇ ਧਰਤੀ ਤੇ ਪਰੰਪਰ ਬੈਠ ਗਿਆ ਸੁਖਵੰਤ ਫੱਤੂ ਨਾਲ ਗੱਲਾਂ ਕਰਨੀਆਂ ਚਾਹੁੰਦਾ ਸੀ ਜਦੋਂ ਤੋਂ ਫੱਤੂ ਪਾਕਿਸਤਾਨ ਨੂੰ ਮੁੜਿਆ ਸੀ ਯੂਸਫ ਨਾਲ ਇੱਕ ਦੋ ਵਾਰ ਸੁਖਵੰਤ ਦੀਆਂ ਗੱਲਾਂ ਹੋਈਆਂ ਸੀ ਇੱਕ ਸਵਾਲ ਉਹਦੇ ਮਨ ਚਟਕਿਆ ਹੋਇਆ ਸੀ ਯੂਸਫ ਕੋਲੋਂ ਉਹਦੇ ਇਸ ਸਵਾਲ ਦਾ ਕੋਈ ਜਵਾਬ ਨਹੀਂ ਸੀ ਮਿਲਿਆ ਉਹ ਤਾਂ ਸਾਰਾ ਟੱਬਰ ਫੱਤੂ ਪਿੱਛੇ ਲੱਗਦੇ ਸੀ ਜਿਵੇਂ ਉਹਨੇ ਕਿਹਾ ਉਹਨਾਂ ਨੇ ਕੀਤਾ ਯੂਸਫ ਦੇ ਦੱਸਣ ਅਨੁਸਾਰ ਉਹਨਾਂ ਨੂੰ ਕੁਝ ਚਿਰ ਭਟਕ ਕੇ ਪਾਕਿਸਤਾਨ 'ਚ ਇੱਕ ਵਾਵਾਸੇ ਟਕਨ ਜੋਗਾ ਘਰ ਮਿਲ ਗਿਆ ਸੀ ਜਿਸ ਅਜੇ ਨਿੱਕਾ ਮੋਟਾ ਸੁਆ ਸਮਾਨ ਵੀ ਪਿਆ ਸੀ ਤੇ ਉਹਨਾਂ ਨੇ ਆਪਣੀ ਹਿੰਮਤ ਨਾਲ ਕਮਾਈ ਕਰਕੇ ਰੋਟੀ ਖਾਣੀ ਸ਼ੁਰੂ ਕਰਤੀ ਸੀ ਫਿਰ ਇਹ ਕਿਵੇਂ ਹੋਇਆ ਵੀ ਫੱਤੂ ਇੰਨੇ ਸਾਲਾਂ ਵਿੱਚੋਂ ਪਰਤ ਕੇ ਇੱਧਰ ਆ ਗਿਆ ਗੱਲਾਂ 'ਚ ਲੱਗੇ ਫੱਤੂ ਨੂੰ ਉਨੇ ਇਹ ਸਵਾਲ ਵੀ ਕਰਤਾ ਚਾਚਾ ਤੂੰ ਉੱਥੇ ਵਾਵਾ ਗੁਜ਼ਾਰੇ ਜਾਊਗਾ ਕੰਮ ਤੋੜ ਲਿਆ ਸੀ ਫਿਰ ਤੈਨੂੰ ਇੱਥੇ ਆਉਣ ਦੀ ਕੀ ਸੁੱਝੀ ਪ੍ਰਭਾਪ ਦੇ ਪ੍ਰਭ ਆਪਦੇ ਹੁੰਦੇ ਆ ਉਹ ਉਹਦੀਆਂ ਅੱਖਾਂ 'ਚ ਡੂੰਗਾ ਝਾਕਿਆ ਚਾਚਾ ਪੁਰਾਣੀਆਂ ਗੱਲਾਂ ਯਾਦ ਕਰਕੇ ਦੁਖੀ ਨਾ ਹੋਈ ਪਰ ਜਿਨ੍ਹਾਂ ਨੇ ਤੇਰਾ ਬਸ਼ੀਰਾ ਵੱਢ ਸੁੱਟਿਆ ਤੇਰੀ ਨਿਆਮਤ ਨੂੰ ਪਤਾ ਨਹੀਂ ਕਿੱਥੇ ਖਪਾਤਾ ਉਹ ਤੇਰੇ ਆਪਦੇ ਪ੍ਰਭੂ ਕਿਵੇਂ ਹੋਏ ਸੁਖਵੰਤ ਉਹਦੇ ਨਾਲ ਵਾਪਰੀ ਚੇਤੇ ਕਰਕੇ ਭਾਵਕ ਹੋ ਗਿਆ ਫੱਤੂ ਇੱਕਦਮ ਉਦਾਸ ਹੋ ਗਿਆ ਉਦਾਸੀਆਂ ਅੱਖਾਂ ਵਹਿ ਧੁਰੀਆਂ ਉਹ ਜਿਵੇਂ ਪੈਰਾਂ ਪਾਰ ਬੈਠਾ ਨਾ ਰਹਿ ਸਕਿਆ ਉਹਨੇ ਪੁੰਝੇ ਚੌਂਕੜੀ ਮਾਰ ਲਈ ਦੋ ਮਿੰਟੋ ਚੁੱਪ ਬੈਠਾ ਮਿੱਟੀ ਫਰੋਲਦਾ ਰਿਹਾ ਜਿਵੇਂ ਸੰਗ ਚੋਂ ਕੁਝ ਉਤਾਰ ਰਿਹਾ ਹੋਵੇ ਜائیں ਇਸ ਮਿੱਟੀ ਚ ਗਵਾਚੇ ਬਸ਼ੀਰੇ ਤੇ ਨਿਆਮਤ ਦੇ ਨਕਸ਼ ਲੱਭ ਰਿਹਾ ਹੋਵੇ ਫਿਰ ਮੋਢੇ ਉੱਤੇ ਰੱਖੇ ਪਰਨੇ ਤੇ ਲੜ ਨਾਲ ਅੱਖਾਂ ਪੁੰਝ ਕੇ ਸੰਭਲਦਿਆਂ ਬੋਲਿਆ ਉਹ ਤਾਂ ਮੇਰਾ ਉਹ ਤਾਂ ਪ੍ਰਭਾ ਇੱਕ ਨੇਰੀ ਸੀ ਕਾਲੀ ਬੋਲੀ ਨੇਰੀ ਸਭ ਦੀ ਮਤ ਮਾਰੀ ਗਈ ਸੀ ਕਿਸੇ ਦਾ ਕੀ ਦੋਸ਼ ਉਹ ਤਾਂ ਅੱਲਾ ਦਾ ਹੀ ਕੋਈ ਕਹਿਰ ਸੀ ਨੇਰੀ ਆਈ ਲੰਘ ਗਈ ਹੁਣ ਯਾਦ ਕੀਤੇ ਕਿ ਫਾਇਦਾ ਉਹਦੇ ਜਵਾਬ ਨਾਲ ਸੁਖਵੰਤ ਦੀ ਤਸੱਲੀ ਨਾ ਹੋਈ ਨਹੀਂ ਚਾਚਾ ਮਨ ਚਾਹੇ ਨਾ ਪਾਕਿਸਤਾਨ ਤੇ ਜ਼ਰੂਰ ਔਖਾ ਰਿਹਾ ਹੋਵੇਗਾ ਸੁਣਿਆ ਉੱਥੋਂ ਦੇ ਲੋਕਾਂ ਦੀ ਹਾਲਤ ਇਧਰ ਨਾਲੋਂ ਵੀ ਮੰਦੀ ਹੈ ਹਾਲ ਹੂਲ ਤਾਂ ਪ੍ਰਭਾ ਸਾਰੀ ਇਹੋ ਜਿਹੀ ਹੈ ਦਿਨ ਲੰਘੀ ਜਾਂਦੇ ਸੀ ਉਹਨੇ ਡੱਕੇ ਨਾਲ ਮਿੱਟੀ ਪੁੱਟੀ ਮਿੱਟੀ ਵਿੱਚ ਉਂਗਲਾਂ ਫੇਰਦੇ ਆਂ ਕਿਹਾ ਪਰ ਫਿਰ ਤੈਨੂੰ ਕੀ ਆਫਤ ਸੀ ਇੱਕ ਵਾਰ ਤਾਂ ਇੱਥੇ ਵਸਦਾ ਰਸਤਾ ਘਰ ਡਾਡਿਆਂ ਦੇ ਪਾਕਿਸਤਾਨ ਬਣਾਉਣ ਉੱਤੇ ਛੱਡ ਗਿਆ ਸੀ ਹੁਣ ਦੂਜੀ ਵਾਰ ਆਪ ਦਾ ਪਾਕਿਸਤਾਨ ਆਪੇ ਬਣਾ ਕੇ ਘਰ ਘਾਟ ਛੱਡ ਆਇਆ ਫਤੂ ਨੀਵੀਂ ਪਾਕੇ ਚੁੱਪ ਕਰ ਗਿਆ ਸੁਖਵੰਤ ਉਸ ਵੱਲ ਵੇਖਦਾ ਰਿਹਾ ਪਰ ਬੋਲਿਆ ਕੁਛ ਨਾ ਛੇਕੜ ਫਤੂ ਨੇ ਆਪਣੀਆਂ ਤਿੱਖੀਆਂ ਪੱਕਦੀਆਂ ਅੱਖਾਂ ਉਹਦੀਆਂ ਅੱਖਾਂ ਚ ਪਾਈਆਂ ਤੇ ਬੋਲਿਆ ਪ੍ਰਭਾ ਉਹ ਘਰ ਘਾਟ ਮੇਰਾ ਕਾਦਾ ਸੀ ਹਿੰਦੁਸਤਾਨੀ ਸਾਨੂੰ ਰਹਿਣ ਨਹੀਂ ਸੀ ਦਿੱਤਾ ਗਿਆ ਪਾਕਿਸਤਾਨੀ ਸਾਨੂੰ ਸਮਝਦਾ ਕੋਈ ਨਹੀਂ ਸੀ ਅਸੀਂ ਤਾਂ ਮੁਹਾਜਰ ਸੀ ਰਿਫਿਊਜੀ ਵਿਚਾਰੇ ਤੇ ਫਿਰ ਉਹ ਇੱਕਦਮ ਆਪਣੇ ਸਾਹਮਣੇੋ ਮਿੱਟੀ ਦੀ ਮੁੱਠ ਚੁੱਕ ਕੇ ਅੱਖਾਂ ਮੀਟਦਿਆਂ ਮੱਥੇ ਨੂੰ ਲਾਈ ਪ੍ਰਭਾ ਮੈਨੂੰ ਇਹ ਦੀ ਖਿੱਚ ਨੇ ਮਾਰਿਆ ਉਥੇ ਇਹ ਨਹੀਂ ਸੀ ਪੰਜਾਬ ਕਰਾਂ ਕੀ ਸਿਫਤ ਤੇਰੀ ਸ਼ਾਨਾਂ ਦੇ ਸਭ ਸਮਾਨ ਤੇਰੇ ਜਲ ਪਾਉਣ ਤੇਰਾ ਹਰੀਆਲ ਤੇਰੀ ਦਰਿਆ ਪਰਬਤ ਮੈਦਾਨ ਤੇਰੇ ਬਾਬਾ ਨਾਨਕ ਬਾਬਾ ਫਰੀਦ ਆਪਣੀ ਛਾਤੀ ਤੇ ਪਾਲੇ ਤੋਂ ਦੁਨੀਆਂ ਨੂੰ ਚਾਨਣ ਦੇਣ ਲਈ ਕਈ ਰੋਸ਼ਨ ਦੀਵੇ ਬਾਲੇ ਤੋਂ ਝੱਖੜ ਬੇਅੰਤ ਤੇਰੇ ਸਿਰ ਤੇ ਆ ਆ ਕੇ ਮਿਟ-ਮਿਟ ਜਾਂਦੇ ਰਹੇ ਫਰਜੰਦ ਤੇਰੇ ਚੜ-ਚੜ ਚੱਕਰੇ ਚਰਖੀ ਆਕਾਸ਼ ਤੇਰਾ ਚਮਕਾਉਂਦੇ ਰਹੇ ਫਰਜੰਦ ਤੇਰੇ ਚੜ-ਚੜ ਚਰਖੀ ਆਕਾਸ਼ ਤੇਰਾ ਚਮਕਾਉਂਦੇ ਰਹੀ वसे रसे घर बार तेरा जीवे जागे परवार तेरा मस्जिद मंदिर दरबार तेरा मियाँ लाला सरदार तेरा धनी राम चात्रिक धनवाद